ਟੇਸਟ ਵਧੀਆ ਸੀਗਾ, ਜੋ ਗੱਲ ਸੱਚ ਆ ਤਾਂ ਸੱਚ ਆ, ਪਰ ਸੀਗਾ ਪਾਣੀ ਜਿਹਾ ਹੀ ਨੀਰਾ। ਲੈਟ ਸੀ ਅੱਗੇ ਕੋਈ ਵਧੀਆ ਜਿਹੇ ਢਾਬੇ 'ਤੇ ਰੁਕਦੇ ਹਾਂ, ਕੁਛ ਖਾਂਦੇ ਹਾਂ ਪੀਂਦੇ ਹਾਂ, ਭੁੱਖ ਬਹੁਤ ਲੱਗੀ ਆ, ਅੰਦਰ ਖੋ ਪੈ ਰਹੀ ਆ। ਤੁਸੀਂ ਕਹੋਗੇ ਮਿੰਟ ਕੁ ਬਾਅਦ ਹੀ ਵੀਡੀਓ ਔਨ ਕਰ ਰਿਹਾ ਤਾ, ਬਟ ਤੁਸੀਂ ਕੈਮਰੇ 'ਚ ਇਮੈਜਿਨ ਨਹੀਂ ਕਰ ਰਹੇ ਕਿਉਂਕਿ ਧੁੰਦ ਆ ਰਹੀ ਆ, ਬਟ ਜਸਟ ਚੈੱਕ ਦਾ ਵਿਊ ਜੇ ਕੈਮਰੇ ਦੇ ਵਿੱਚ, ਤੁਹਾਨੂੰ ਇੰਨਾ ਨਹੀਂ ਪਤਾ ਲੱਗਣਾ ਕਿਉਂਕਿ ਸਾਡੇ ਕੈਮਰਾ ਥੋੜ੍ਹਾ ਲੋਅ ਕੁਆਲਿਟੀ ਦਾ ਬ੍ਰੋ, ਸੋਰੀ। ਬਾਕੀ ਧੁੰਦ ਬਹੁਤ ਆ, ਪਰ ਸ਼ਾਹੂ ਸਾਡੀਆਂ ਅੱਖਾਂ ਦੇਖ ਪਾ ਰਹੀਆਂ ਨੇ, ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨਾ ਘੈਂਟ ਬ੍ਰਿਜ ਆ ਆਲੇ ਦੁਆਲੇ ਆ, ਥੱਲੇ ਪਾਣੀ ਆ, ਪਹਾੜ ਆ, ਧੁੰਦ ਹੀ ਧੁੰਦ ਆ। ਉਹ ਕੀ ਕਹਿੰਦੇ ਹੁੰਦੇ ਆ, ਉਹ ਪੈਰਾਸ਼ੂਟ ਵਾਲੀ ਵੀਡੀਓ 'ਚ ਨਹੀਂ ਲੀਕ ਹੋਈ ਸੀਗੀ, ਇੱਕ ਬਾਦਲ ਹੀ ਬਾਦਲ, ਕੋਰਾ ਹੀ ਕੋਰਾ, ਕੋਰਾ ਹੀ ਕੋਰਾ। ਕੋਈ ਨਹੀਂ, ਥੋੜ੍ਹੀ ਧੁੰਦ ਘੱਟ ਲੈਣ ਦਿਓ, ਦੇਖੋ ਪਾਣੀ ਦੇ ਵਿੱਚੋਂ ਐਂ ਉੱਡਦੀ ਪਈ ਆ ਧੁੰਦ, ਥੋੜ੍ਹੀ ਧੁੰਦ ਘੱਟ ਜੂਗਾ। ਉਹ ਟਨਲ ਆ ਗਈ, ਵਾਹ, ਟਨਲ ਆਉਂਦੇ ਸਾਰੀ ਮਜ਼ਾ ਜਿਹਾ ਆ ਜਾਂਦਾ ਇੱਕ ਵਾਰ। ਇਹ ਸਭ ਤੋਂ ਲੰਬੀ ਵਾਲੀ ਟਨਲ ਆ, ਚਲੋ ਫਿਰ ਕਰਦੇ ਆ ਇਹਦਾ ਵੀ ਬਾਈ। ਸ਼ੁਕਰ ਨਾਲ ਕੈਮਰਾ ਔਨ ਨਹੀਂ ਸੀਗਾ, ਨਹੀਂ ਤਾਂ ਤੁਹਾਨੂੰ ਇੱਕ ਸੀਨ ਦਿਖਾਉਂਦੇ ਹੁਣੀ ਹੁਣੀ ਹੋ ਗਿਆ ਸੀ। ਟਰੱਕ ਵਾਲੇ ਨੇ ਇੱਕਦਮ ਰੋਡ 'ਤੇ ਚਾੜਤ, ਇੱਕਦਮ ਰੋਡ 'ਤੇ ਚਾੜਤਾ ਟਰੱਕ, ਠੀਕ ਆ। ਰੋਡ 'ਤੇ ਚਾੜਨ ਤੋਂ ਬਾਅਦ ਪਤਾ ਕੀ ਕਹਿ ਰਿਹਾ, ਫੋਨ 'ਤੇ ਲੱਗਿਆ ਹੋਇਆ ਸੀਗਾ, ਮੈਂ ਕਿਹਾ ਬਾਈ ਹੋਰਨ 'ਤੇ ਹੱਥ ਰੱਖਿਆ ਮੈਂ ਉਹਨੂੰ ਕੀਤਾ ਹੈ, ਅਤੇ ਕਹਿੰਦਾ ਬਾਈ ਪਰਲੇ ਪਾਸੇ ਹੋ ਕੇ ਚਲਾ ਲਾ। ਮੈਂ ਕਿਹਾ ਤੂੰ ਫੋਨ 'ਤੇ ਲੱਗਿਆ, ਇੱਕਦਮ ਟਰੱਕ ਰੋਡ 'ਤੇ ਚਾੜਦਾ ਸਾਈਡ 'ਤੇ ਖੜਾ ਕਰਾ, ਉਹ ਸਹੀ ਆ। ਆਪਦੀ ਗੱਲ 'ਤੇ ਨਹੀਂ ਮੰਨ ਰਿਹਾ ਕਿ ਮੈਂ ਕਾਲ 'ਤੇ ਲੱਗਿਆ, ਮੈਂ ਮਗਰ ਨਹੀਂ ਦੇਖ ਰਿਹਾ ਕਿ ਕੁਛ ਆ ਰਿਹਾ ਨਹੀਂ ਆ ਰਿਹਾ, ਇੱਕਦਮ ਰੋਡ 'ਤੇ ਆ ਗਿਆ। ਬਾਈ ਲੋਕ ਇੰਨੇ ਬੇਅਕਲ ਆ ਨਾ ਦੁਨੀਆ 'ਤੇ, ਕੀ ਕਹਿਣੇ ਆ। ਚਲੋ ਕਿਸੇ ਕਰਕੇ ਆਪਾਂ ਆਪਣਾ ਮੂਡ ਕਿਉਂ ਸਪੋਇਲ ਕਰਨਾ, ਵਧੀਆ ਚੱਲ ਰਿਹਾ, ਇੰਜੋਏ ਕਰਦੇ ਆ। ਓ ਵਾਓ, ਬਾਹਰ ਨਿਕਲਦੇ ਸਰ ਦੇਖਿਓ, ਜਮਾਂ ਹੀ ਕੁਛ ਨਹੀਂ ਦਿਖ ਰਿਹਾ, ਇੰਨੀ ਧੁੰਦ ਆ, ਜਮਾਂ ਹੀ ਨਹੀਂ, ਬਹੁਤ ਜ਼ਿਆਦਾ ਫੋਗ ਆ। ਪਰ ਮੈਨੂੰ ਜਿਹੜਾ ਡਰਾਈਵਰ ਨੇ ਤਾਂ ਹਜੇ ਵੀ ਖੇਚ ਚੜੀ ਜਾਂਦੇ ਸਰ, ਉਹਦੀ ਗਲਤੀ ਆ, ਫੋਨ 'ਤੇ ਲੱਗਿਆ ਆ। ਜਿਵੇਂ ਕਿਹਾ ਟਰੱਕ ਖੜਾ ਨਾ, ਇੱਕਦਮ ਮੈਂ ਆ ਗਿਆ, ਖੜਾ ਖੜਾ ਰੋਡ 'ਤੇ ਚੜਾਤਾ, ਅਤੇ ਕਾਲ 'ਤੇ ਲੱਗਿਆ, ਟਾਕੀ ਖੋਲ੍ਹ ਕੇ ਮੈਨੂੰ ਬੋਲਣ ਲੱਗਿਆ ਆ ਕਿ ਹਾਂ ਤੂੰ ਉੱਧਰ ਇੱਧਰਲੀ ਲੇਨ 'ਚ ਚਲਾ। ਮੈਂ ਕਿਹਾ ਉੱਧਰ ਗੱਡੀਆਂ ਦੀ ਲੇਨ ਆ, ਮੈਂ ਉੱਥੇ ਕੀ ਕਰਨਾ ਵਾ, ਕਿ ਮੈਂ ਆਪਦੀ ਇਹ ਲੇਨ 'ਚ ਚੱਲ ਰਿਹਾ, ਇੱਧਰ ਹੀ ਚੱਲੂੰਗਾ ਕਿ ਤੂੰ ਮਗਰ ਦੇਖ ਕੇ ਚੜ। ਬਈ ਇੰਨੇ ਬੇਅਕਲ ਬੰਦੇ ਆ ਨਾ, ਅੱਗੇ ਸਾਨੂੰ ਰੂਲ ਸਿਖਾਉਣ ਲੱਗ ਜਾਂਦੇ ਆ ਕਿ ਵੀ ਹਾਂ ਤੁਸੀਂ ਇੱਦਾਂ ਗਲਤ ਹੋ। ਕੀ ਕਹਿ ਸਕਦੇ ਹਾਂ ਬਈ, ਚਲੋ ਗਲਤੀ ਹੋ ਗਈ, ਮੈਂ ਕਿਹਾ ਉਹਨੂੰ ਕੋਈ ਕਹਿ ਰਿਹਾ ਸੀ ਬੰਦਾ, ਅਸੀਂ ਕਹਿੰਦੇ ਚੱਲ ਕੋਈ ਨਹੀਂ ਬ੍ਰੋ ਆਪਣਾ, ਕੋਈ ਨਹੀਂ ਬਈ ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕਦਮ ਰੋਡ 'ਤੇ ਚੜ੍ਹਦਾ ਮਗਰ ਨਹੀਂ ਦੇਖਿਆ, ਡੈਡ ਸੀਟ ਰੌਲਾ ਖਾਧਾ ਸੀ। ਉੱਤਰ ਕੇ ਮੇਰੇ ਨਾਲ ਲੜਨ ਆ ਰਿਹਾ ਕਿ ਹਾਂ ਤੂੰ ਆਪਦਾ ਉੱਧਰ ਚਲਾ, ਮੈਂ ਉੱਧਰ ਕਿਉਂ ਚਲਾਊਂਗਾ, ਹੋਰ ਲੈਣ ਗੱਡੀਆਂ ਲਈ ਆ, ਰੂਲ ਐਂਡ ਰੈਗੂਲੇਸ਼ਨ ਉਹਨੂੰ ਨਹੀਂ ਪਤਾ, ਪਰ ਮੈਨੂੰ ਤਾਂ ਪਤਾ, ਮੈਂ ਤਾਂ ਫੋਲੋ ਕਰਨਾ ਹੀ ਆ। ਚੱਲ ਕਿਸੇ ਇੱਕ ਬੰਦੇ ਕਰਕੇ ਨਾ ਬਈ ਸਾਰਾ ਮੂਡ ਸਪੋਇਲ ਹੋ ਜਾਂਦਾ ਕਈ ਵਾਰ, ਪਰ ਕੋਈ ਨਹੀਂ, ਨੇਚਰ ਹੈਗਾ ਆਪਣਾ ਮੂਡ ਸੈੱਟ ਕਰਨ ਨੂੰ। ਜਮਾਂ ਹੀ ਆ ਕੋਰਾ ਹੀ ਕੋਰਾ ਹੋਇਆ ਪਿਆ। ਤੁਸੀਂ ਇਹ ਦੇਖੋ ਬਾਈਕ ਕਿੰਨੀ ਕੁ ਦੂਰ ਆ, ਉਹ ਵੀ ਧੁੰਦਲੀ ਧੁੰਦਲੀ ਦਿਖ ਰਹੀ ਆ, ਇੰਨੀ ਧੁੰਦ ਆ, ਮਜ਼ਾ ਆ ਰਿਹਾ ਯਾਰ। ਨਹੀਂ ਮੈਂ ਕੈਮਰਾ ਔਨ ਕੀਤਾ, ਮੈਂ ਕਿਹਾ ਪੁਲਿਸ ਵਾਲੇ ਖੜੇ ਆ, ਰੋਕਣਗੇ, ਥੰਬਨੇਲ ਮਿਲੂਗਾ, ਨਾਲੇ ਆਪਾਂ ਗੱਲਬਾਤ ਕਰਾਂਗੇ, ਵੀਡੀਓ ਬਣਾਵਾਂਗੇ। ਉਹਨਾਂ ਨੇ ਰੋਕਿਆ ਨਹੀਂ, ਐਂ ਜੀ ਕਰੀ ਕੇ ਖੜੇ, ਹਾਥੀ ਮਲੀ ਕੇ, ਸਰਦੀ ਆ ਨਾ, ਉਹ ਕਹਿੰਦੇ ਕਿਹੜਾ ਮੱਥਾ ਮਾਰੂਗਾ। ਪਰ ਬਈ ਇੰਨੀ ਧੁੰਦ ਆ ਨਾ, ਕੁਛ ਨਹੀਂ ਦਿਖ ਰਿਹਾ ਬ੍ਰੋ, ਕੁਛ ਵੀ ਨਹੀਂ, ਸਾਰੇ ਪਹਾੜ ਗਾਇਬ ਹੋ ਗਏ, ਲੱਗਦਾ ਹਿਮਾਚਲ ਆ, ਪਲੇਨ ਰੋਡਸ, ਨੋ ਧੁੰਦ, ਸੋਰੀ ਨੋ ਪਹਾੜ, ਓਨਲੀ ਧੁੰਦ। ਪਰ ਧੱਕਾ ਕਰ ਗਿਆ ਪੁਲਿਸ ਵਾਲੇ, ਥੰਬਨੇਲ ਨਹੀਂ ਦਿੱਤਾ, ਤੇ ਥੰਬਨੇਲ ਦੇ ਦਿੰਦੇ 10-15 ਵਿਊ ਐਕਸਟਰਾ ਆ ਜਾਂਦੇ। ਰੋਈ ਧੱਕਾ, ਤੁਸੀਂ ਸੋਲਵ ਕਰੋ, 10-15 ਬੰਦਿਆਂ ਨੂੰ ਵੀਡੀਓ ਭੇਜ ਦਿਓ,
ਆਪਾਂ ਰੌਲੇ ਹੀ ਖਤਮ ਕਰ ਦਿੰਦੇ ਹਾਂ ਬਈ। ਪੰਜਾਬ 'ਚ ਵੀ ਇੰਨੀ ਧੁੰਦ ਸੀ ਪਰ ਉੱਥੇ ਇਹ ਹਾਲਾਤ ਨਹੀਂ ਹੋਏਗੇ, ਗਲਵ ਵਗੈਰਾ ਗਿੱਲੇ ਹੋ ਜਾਣ। ਮੈਨੂੰ ਨਹੀਂ ਪਤਾ ਕੈਮਰੇ ਨੂੰ ਦਿਖ ਰਿਹਾ ਜਾਂ ਨਹੀਂ ਦਿਖ ਰਹੇ, ਬਟ ਮਤਲਬ ਗਲਵ ਦੇ ਉੱਤੇ ਨਾ ਉਹ ਕਿਵੇਂ ਕਹਿੰਦੇ ਹੁੰਦੇ ਆ ਕੋਰਾ ਜਿਹਾ ਜੰਮ ਚੁੱਕਿਆ, ਮਤਲਬ ਗਿੱਲੇ ਗਿੱਲੇ ਦੇ ਹੋ ਗਏ, ਐ ਸੁੰਨ ਚੜ੍ਹਦੇ ਜੇ ਲੱਗ ਗਿਆ ਨਾ। ਮੈਂ ਕਹਿੰਦਾ ਬਕਲਾਵਾ ਉਤਾਰਤਾ ਸੀ, ਨੱਕ ਵਗੈਰਾ ਸੁੰਨ ਹੋ ਗਿਆ, ਕੁਛ ਨਹੀਂ ਦਿਖ ਰਿਹਾ, ਇੰਨੀ ਧੁੰਦ ਆ। ਬਾਈਕ ਦੇਖੋ ਕਿੰਨੀ ਘੈਂਟ ਲੱਗਦੀ ਆ ਉਹਦੀ। ਓ ਮਾਂ ਗੁਰੂਲਾ, ਲੋਕ ਪਤਾ ਨਹੀਂ ਕਿਵੇਂ ਆ, ਕੀ ਕੁਛ ਕਰਦੇ ਆ ਯਾਰ। ਬਾਈ ਸਾਈਡ ਤੇ ਲਾ ਲਾ, ਲੋਕਲ ਸੁਣਾ, ਜਿਹੜੇ ਬੰਦਾ ਵੀ ਲੋਕਲ ਹੁੰਦਾ ਇਹ ਚੀਜ਼ ਦਾ ਫਾਇਦਾ ਬਹੁਤ ਚੱਕਦਾ। ਦੂਜੇ ਬੰਦੇ ਨੂੰ ਮਤਲਬ ਡਰਾਉਣ ਦੀ ਕੋਸ਼ਿਸ਼ ਲਾ ਲਓ, ਜਾਂ ਉਹਨਾਂ ਨੂੰ ਇੱਦਾਂ ਦਾ ਕਹਿੰਦਾ ਇਹਦਾ ਬਾਹਰ ਆਇਆ ਇਹ ਕੀ ਕਰ ਲੂਗਾ। ਚਲੋ ਆਪਾਂ ਪਰਦੇਸੀ ਆ ਬਾਈ, ਕੀ ਕਹਿ ਸਕਦੇ ਆ, ਹਮ ਆਪਣਾ ਦੇਸ਼ ਛੋੜ ਕੇ ਰਹਿ ਚੁੱਕੇ ਹੈ ਰੇ ਬਾਬਾ, ਹਮ ਕੈਨੇਡਾ ਮੂਵ ਹੋ ਗਏ। ਤੁਹਾਨੂੰ ਕੈਨੇਡਾ ਵਾਲੀ ਬਰਫ ਦਿਖਾਉਂਦੇ ਆ, ਆਪਾਂ ਕੈਨੇਡਾ ਨੂੰ ਸਿੱਧਾ ਮੋਟਰਸਾਈਕਲ ਹੀ ਕਰਤਾ, ਕੈਨੇਡਾ ਪਹੁੰਚ ਗਈ ਤੁਹਾਨੂੰ ਮਿਲਾਂਗੇ। ਉਹ ਕੈਮਰਾ 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 ਬਾਈ, ਸੱਚ ਹਰੇਕ ਕੁਛ ਡਿਸਟੈਂਸ ਤੇ ਕੈਮਰੇ ਲੱਗੇ ਹੋਏ ਆ, ਠੀਕ ਆ। ਜੋ ਜਿਹੜਾ ਵੀ ਬੰਦਾ ਗੱਡੀ ਲੈ ਕੇ ਆ ਰਿਹਾ, ਬਾਈਕ ਲੈ ਕੇ ਆ ਰਿਹਾ, ਜੋ ਵੀ ਲੈ ਕੇ ਆ ਰਿਹਾ, ਸੋ ਬੀ ਵੈਰੀ ਕੇਅਰਫੁਲ। ਕੁਛ ਕੁਛ ਡਿਸਟੈਂਸ ਤੇ ਹਰੇਕ 3-4 ਕਿਲੋਮੀਟਰ 5 ਕਿਲੋਮੀਟਰ ਦੇ ਵਿੱਚ ਇੱਕ ਇੱਕ ਕੈਮਰਾ ਮਿਲਣਾ ਹੀ ਮਿਲਣਾ ਤੁਹਾਨੂੰ। ਮੂਹਰੇ ਆਪਣਾ ਬੋਰਡ ਲੱਗਿਆ ਹੁੰਦਾ ਜਿਹਤੇ ਆਪਣੀ ਸਪੀਡ ਆ ਜਾਂਦੀ ਆ, ਉਹਦੇ ਮਗਰ ਲੱਗਿਆ ਹੁੰਦਾ ਕੈਮਰਾ। ਜੇ ਆਪਾਂ ਮਤਲਬ ਇੱਕ ਵਾਰੀ ਉਹਦੇ ਮੂਹਰੇ ਵਾਲੇ ਬੋਰਡ ਤੇ ਆ ਗਈ ਆਪਣੀ ਫੋਟੋ ਦੀ ਕਿ ਹਾਂ ਇੰਨੀ ਸਪੀਡ ਆ, ਉਹਦੇ ਮਗਰ ਕੈਮਰਾ ਉਹਨੇ ਮਗਰੋਂ ਫੋਟੋ ਖਿੱਚ ਕੇ ਨੰਬਰ ਪਲੇਟ ਦੀ ਆਪਣਾ ਚਲਾਨ ਭੇਜ ਦੇਣਾ, ਉਹ ਜੰਮੀ ਜਾਂਦੀ ਆ ਧੁੰਦ ਜੀ, ਬਹੁਤ ਜ਼ਿਆਦਾ ਧੁੰਦ ਆ ਯਾਰ। 164 ਕਿਲੋਮੀਟਰ ਰਹਿ ਗਏ ਆ, 4 ਘੰਟੇ 5 ਮਿੰਟ ਦਿਖਾ ਰਿਹਾ 2:21 ਤੇ ਪਹੁੰਚਾਂਗੇ, ਬਟ ਆਪਾਂ ਹਜੇ ਬ੍ਰੇਕਫਾਸਟ ਵੀ ਕਰਨਾ, ਰੁਕ ਕੇ ਕੁਛ ਖਾਵਾਂਗੇ ਪੀਵਾਂਗੇ। ਬਾਕੀ ਜਿੱਥੇ ਨਾ ਅਸੀਂ ਇੱਕ ਵਾਰ ਲਾਸਟ ਟਾਈਮ ਬੈਠੇ ਸੀਗੇ ਰੀਵਰ ਸਾਈਡ, ਬਾਈਕ ਨੀਚੇ ਲੈ ਗਏ ਸੀਗੇ ਰੀਵਰ ਕੋਲ, ਉਹ 75 ਦੀ ਸਪੀਡ। ਉਹ ਸ਼ਿਟ ਮੈਨ, ਪਤਾ ਨਹੀਂ ਕੀ ਬਣਿਆ ਹੋਊਗਾ, ਗੱਲਾਂ ਗੱਲਾਂ 'ਚ ਮੀਟਰ ਨਹੀਂ ਦੇਖਿਆ, ਉਵੇਂ ਦੱਬੀ ਲਈ ਗਿਆ। 75 ਦੀ ਸਪੀਡ ਆ ਰਹੀ ਸੀ, 75 ਦੀ ਸਪੀਡ ਆ ਰਹੀ ਸੀ ਰਡਾਰ ਤੇ, ਆਪਣੀ ਵੀ 60+ ਚੱਲ ਰਿਹਾ ਸੀ, 60+ ਚੱਲ ਰਿਹਾ ਸੀ ਆਪਾਂ ਵੀ। ਚਲੋ ਕੋਈ ਨੀ, ਦੇਖਾਂਗੇ ਜੇ ਆ ਗਿਆ ਆ ਗਿਆ। ਧੁੱਪ ਨਿਕਲਿਆ ਵੇ ਮਾੜੀ ਜੀ, ਤੁਹਾਨੂੰ ਪਹਾੜ ਪੂੜ ਦਿਖਾ ਦਈਏ, ਤੁਹਾਨੂੰ ਲੈ ਕੇ ਇੱਥੇ ਕਟਾਇਆ ਕੇ ਤੁਹਾਨੂੰ ਪਹਾੜ ਦਿਖਾ ਦਈਏ। ਓਏ ਰੱਬ ਨੇ ਸੁਣੀ ਓਏ, ਇਹਨਾਂ ਦਾ ਕਰੋੜ ਖਾਂਡੀ ਮੰਗ ਲੈਂਦਾ, ਇੰਨੀ ਸਦੀ ਧੁੱਪ ਕੱਢੀ ਬਾਬਾ ਜੀ ਨੇ, ਵਾਹ ਬਾਬਾ ਜੀ ਮਿਹਰ ਕਰਤੀ। ਕਹਿੰਦੇ ਹੁੰਦੇ ਆ ਨਾ ਸੱਚੇ ਦਿਲੋਂ ਬੰਦਾ ਕੁਛ ਮੰਗੇ ਤੇ ਬਾਬਾ ਆਪਣੇ ਪੂਰੀ ਕਰ ਦਿੰਦਾ, ਅਸੀਂ ਸੱਚੇ ਦਿਲੋਂ ਧੁੱਪ ਮੰਗੀ ਸੀ, ਬਾਬਾ ਜੀ ਨੇ ਧੁੱਪ ਹੀ ਧੁੱਪ ਕਰਤੀ, ਪਰ ਧੁੱਪ ਕੈਮਰੇ ਦੇ ਮੂਹਰੇ ਆ ਗਈ, ਹੁਣ ਤੁਹਾਨੂੰ ਕੋਈ ਦਿਖਣਾ ਨਹੀਂ। ਲੈਟ ਮੀ ਟੇਕ ਦ ਟਰਨ ਟੈਨ ਆਈ ਸ਼ੋ ਯੂ ਦਾ ਨਜ਼ਾਰੇ। ਓ ਹੋ ਹੋ ਬਾਬਾ ਜੀ ਧੁੱਪ ਧੁੱਪ ਕਰਤਾ, ਨਜ਼ਾਰੇ ਹੀ ਬੰਦ, ਧੁੰਦ ਜਾ ਚੁੱਕੀ ਹੈ, ਧੁੱਪ ਆ ਚੁੱਕੀ ਹੈ, ਪਹਾੜ ਮੁੜੇ ਆ ਗਏ ਨੇ, ਆਪਣੇ ਬੰਦੇ ਪਤਾ ਨਹੀਂ ਕਿੱਥੇ ਜਾ ਕੇ ਉਹ ਜਾ ਰਹੇ ਆ, ਕਿਤੇ ਧੁੱਪ ਮਾੜੀ ਜੀ ਇੱਧਰ ਉੱਧਰ ਹੋਵੇ ਮੈਂ ਤੁਹਾਨੂੰ ਪਹਾੜ ਦਿਖਾਵਾਂ, ਨਹੀਂ ਤਾਂ ਕੁਝ ਦਿਖਣਾ ਹੀ ਨਹੀਂ। ਹਾਂ ਹੁਣ ਦੇਖੋ ਪਹਾੜ, ਓਏ ਹੋਏ ਆ ਕਾਹ ਤੈਨੂੰ ਦੱਸਦਾ ਸੀ ਨਾ, ਆਹ ਦੇਖੋ ਆਹ ਬੋਰਡਰ 'ਤੇ ਆ ਗਈ ਸਪੀਡ,
ਉਹਦੇ ਉੱਪਰ ਸਪੀਡ ਆ ਗਈ, ਮਗਰ ਕੈਮਰੇ ਆ ਤੇ ਉਹ ਜਾਨੂੰ ਪਹਾੜ ਦਿਖਾਉਣ ਦਾ ਟਾਈਮ ਆਇਆ, ਜਾਨੂੰ ਸਪੀਡ ਵਾਲਾ ਆ ਗਿਆ, ਹੁਣ ਪਹਾੜ ਦਿਖਾਉਣ ਲੱਗਿਆ, ਹੁਣ ਧੁੱਪ ਆ ਗਈ। ਇਹ ਕੀ ਚੱਲ ਰਿਹਾ ਯਾਰ, ਰੱਬ ਚਾਹੁੰਦਾ ਤਾਂ ਵਲੌਗ ਨਾ ਬਣਾਵਾਂ। ਆਹਦੇ ਹੁਣ ਦੇਖ ਲਓ ਪਹਾੜ ਸੋਹਣੇ ਆ ਨਾ, ਬਸ ਇਹੀ ਦੇਖਣ ਆਉਂਦੇ ਹਾਂ ਅਸੀਂ, ਹਰ ਵਾਰ ਇਹੀ ਸੇਮ ਪਹਾੜ ਦੇਖਦੇ ਹਾਂ ਅਤੇ ਨਵੀਆਂ ਨਵੀਆਂ ਯਾਦਾਂ ਬਣਾਉਂਦੇ ਹਾਂ ਅਤੇ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ। ਮੇਰਾ ਕੀ ਹੈ ਨਾ, ਜਦੋਂ ਬੰਦਾ ਬਾਈਕ 'ਤੇ ਆਉਂਦਾ ਨਾ, ਇੱਕ ਸੀਰੀਅਸ ਹੋ ਕੇ ਗੱਲ ਦੱਸਦਾ, ਵਾਈਡਰ ਬੰਦ ਕਰ ਲਾਂ। ਓਹ ਵਾਈਡਰ 'ਤੇ ਪਾਣੀ ਪਾਣੀ ਹੋਇਆ ਪਿਆ, ਉਹ ਖੋਲ ਨਹੀਂ ਰਹਿੰਦਾ। ਤੁਹਾਨੂੰ ਇੱਕ ਸੀਰੀਅਸ ਹੋ ਕੇ ਗੱਲ ਸਮਝਾਉਂਦਾ, ਜਦੋਂ ਨਾ ਬੰਦਾ ਬਾਈਕ 'ਤੇ ਕਿਤੇ ਵੀ ਜਾਂਦਾ ਵਾ, ਅਤੇ ਹੁਣ ਸਾਡੇ ਕਿਹੜਾ ਇੰਟਰਕੌਮ ਲੱਗੇ ਹੋਏ ਆ, ਕੀ ਪਹਾੜ ਉਹ ਟਨਲ ਆ ਗਈ। ਤਾਂ ਟਨਲ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦੀ ਹੈ ਕਿ ਜਦੋਂ ਬਾਈਕ 'ਤੇ ਜਦੋਂ ਵੀ ਬੰਦਾ ਬਾਈਕ 'ਤੇ ਕਿਤੇ ਜਾਂਦਾ ਨਾ, ਅਤੇ ਹੁਣ ਮੇਰੇ ਸਾਡੇ ਕਿਹੜਾ ਇੰਟਰਕੌਮ ਲੱਗੇ ਆ ਕਿ ਹਾਂ ਵੀ ਅਸੀਂ ਆਪਸ 'ਚ ਗੱਲਾਂ ਕਰਦੇ ਜਾਂਦੇ ਹਾਂ, ਗੱਲ ਤਾਂ ਮਸਾਂ ਹੁੰਦੀ ਆ। ਅਤੇ ਬਟ ਇੱਦਾਂ ਵਾ ਕਿ ਬੰਦਾ ਆਪਣੇ ਆਪ ਨਾਲ ਇੰਨੀਆਂ ਗੱਲਾਂ ਕਰਦਾ, ਪੁਰਾਣੀਆਂ ਮੈਮਰੀਸ ਰਿਕਾਲ ਕਰਦਾ, ਯਾਰ ਕੀ ਕੁਛ ਹੋਇਆ, ਇਨ ਫਿਊਚਰ ਆਪਾਂ ਕੀ ਕਰ ਸਕਦੇ ਹਾਂ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਟਨਲ ਨੰਬਰ 4 ਆ ਗਈ, ਬਹੁਤ ਸਾਰੀਆਂ ਚੀਜ਼ਾਂ ਨਾ ਬੰਦਾ ਆਪਣੇ ਆਪ ਨਾਲ ਡਿਸਕਸ ਕਰਦਾ ਆਪਦੇ ਲਾਈਫ ਦੇ ਰਿਗਾਰਡਿੰਗ, ਉਹਨੂੰ ਆਪਣੀ ਲਾਈਫ ਦਾ ਮੋਟਿਵ ਪਤਾ ਲੱਗਣ ਲੱਗ ਜਾਂਦਾ ਜਦੋਂ ਕਿਤੇ ਜਾਂਦਾ ਬਾਈਕ ਵਗੈਰਾ 'ਤੇ। ਬੰਦੇ ਨੂੰ ਨਾ ਕਿਤੇ ਘੁੰਮਣ ਜਾਣਾ ਚਾਹੀਦਾ ਵਾ, ਉਹਦੇ ਲਈ ਵਧੀਆ ਵਾ। ਬੰਦਾ ਆਪਣੀ ਮੰਨ ਲਓ ਕਿ ਜ਼ਿੰਦਗੀ ਆ, ਜੋ ਅੱਜ ਦੇ ਟਾਈਮ 'ਚ ਨਾ ਜ਼ਿੰਦਗੀ ਹੋਈ ਪਈ ਆ, ਹਰੇਕ ਬੰਦੇ ਦੀ ਗੱਲ ਕਰ ਰਿਹਾ, ਜੋ ਅੱਜ ਦੇ ਟਾਈਮ 'ਚ ਹਰੇਕ ਬੰਦੇ ਦੀ ਜ਼ਿੰਦਗੀ ਦੇ 'ਚ ਨਾ ਨਵੀਂ ਤੋਂ ਨਵੀਂ ਪ੍ਰੋਬਲਮ ਆ। ਤੁਸੀਂ ਆਪ ਕਿਸੇ ਬੰਦੇ ਨਾਲ ਉਹਦੀ ਇੱਕ ਪ੍ਰੋਬਲਮ ਦੱਸੋ, ਅਗਲਾ ਬੰਦਾ ਕਿਉਂ 10 ਪ੍ਰੋਬਲਮ ਦੱਸੋ। ਮੈਂ ਤਾਂ ਇਹ ਕਹਿੰਦਾ ਆਪਦੀ ਪ੍ਰੋਬਲਮ ਕਿਸੇ ਨੂੰ ਨਾ ਦੱਸੋ, ਕੁਛ ਨਾ ਕਰੋ, ਚੁੱਪ ਚੁਪੀਤੇ, ਭਾਵੇਂ ਬੱਸ 'ਚ ਬਹਿ ਜਾਓ, ਟਿਕਟ ਲੈ ਕੇ, ਬਾਈਕ ਆ ਬਾਈਕ, ਗੱਡੀ ਆ ਗੱਡੀ, ਜਿਵੇਂ ਬੰਦੇ ਦਾ ਮਨ ਕਰਦਾ ਉਵੇਂ ਬਸ ਨਿਕਲ ਜਾਏ ਕਿਤੇ, ਆਪਦਾ ਕਿਤੇ ਇਕੱਲਾ ਟਾਈਮ ਸਪੈਂਡ ਕਰਕੇ ਆਵੇ, ਆਪਦੇ ਆਪ ਨਾਲ ਗੱਲਾਂ ਕਰੇ, ਆਪਣੇ ਆਪ ਨੂੰ ਜਦੋਂ ਬੰਦਾ ਐਕਸਪਲੋਰ ਕਰਦਾ ਨਾ, ਜਦੋਂ ਬੰਦੇ ਨੂੰ ਆਪਣੇ ਆਪ ਬਾਰੇ ਐਕਸਪਲੋਰ ਕਰਦੀ ਹੈ, ਆਦਤ ਪੈ ਜਾਂਦੀ, ਉਹਨੂੰ ਬਹੁਤ ਕੁਝ ਪਤਾ ਲੱਗਦਾ ਬਈ ਉਹ ਬੰਦਾ ਆਪਣੀ ਲਾਈਫ ਦੇ ਬਾਰੇ ਜਦੋਂ ਆਪ ਜਾਣਨ ਲੱਗ ਜਾਏ ਨਾ, ਤਾਂ ਉਹਨੂੰ ਪਤਾ ਹੁੰਦਾ ਕਿ ਵੀ ਮੇਰਾ ਮੋਟਿਵ ਕੀ ਆ, ਅਤੇ ਉਹ ਬੰਦਾ ਕੁਝ ਨਾ ਕੁਝ ਅਚੀਵ ਕਰਕੇ ਹਟਦਾ, ਬਿਨਾਂ ਅਚੀਵ ਕੀਤੇ ਉਹ ਹਟਦਾ ਨਹੀਂ। ਸੋ ਇਸ ਕੇਸ ਤੋਂ ਸੈਲਫ ਕੋਨਫੀਡੈਂਸ, ਸੋ ਹਮੇਸ਼ਾ ਟਰਾਈ ਕਰੋ ਕਿ ਆਹ ਬੰਦਾ ਕਿਤੇ ਨਾ ਕਿਤੇ ਥੋੜ੍ਹੇ ਟਾਈਮ ਬਾਅਦ ਆਪਦਾ ਮੂਡ ਸੈੱਟ ਕਰਕੇ ਆਵੇ। ਚਲੋ ਮੈਂ ਆਪਣੀਆਂ ਖਤਮ ਹੋਣ ਵਾਲੀਆਂ ਟਨਲ ਬਈ, ਆਪਾਂ ਇੱਕ ਵਾਰੀ ਰਾਹ 'ਚ ਰੁਕੇ ਸੀਗੇ ਪਰੌਂਠੇ ਪਰੌਂਠੇ ਖਾਣ, ਪਰੌਂਠੇ ਪਰੌਂਠੇ ਖਾ ਕੇ ਚਾਹ 'ਚ ਪੀ ਕੇ ਫਿਰ ਤੁਰ ਪਏ ਆ। ਹੁਣ ਆਪਾਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ, ਅਤੇ ਯੂ ਨੋ ਸੁੰਦਰ ਨਗਰ ਦਾ ਹਮੇਸ਼ਾ ਟ੍ਰੈਫਿਕ ਮਿਲਣਾ ਹੀ ਮਿਲਣਾ ਹੁੰਦਾ ਹੈ। ਸਾਡੇ ਇੱਕ ਮੋਟਰ ਲੱਗੇ ਕਿ ਉਹ ਟ੍ਰੈਫਿਕ ਦੇ ਵਿੱਚ ਕੋਈ ਵੀ ਅੱਗੇ ਪਿੱਛੇ ਹੋ ਸਕਦਾ, ਕੋਈ ਵੱਡੀ ਗੱਲ ਨਹੀਂ, ਉਹ ਜਾਂਦਾ ਮੂਹਰੇ ਹੀ, ਇੰਨੀ ਦੂਰ ਵੀ ਨਹੀਂ ਗਏ। ਬਟ ਹਾਂ, ਇੱਕ ਮੋਟਰ ਮੂਹਰੇ ਲੰਘ ਗਿਆ, ਇੱਕ ਮਗਰ ਡੋਮੀਨੋਸ ਆ ਗਿਆ, ਪਰ ਸਾਨੂੰ ਭੁੱਖ ਨਹੀਂ ਆਉਣ ਜੀ, ਦੋ ਦੋ ਪਰੌਂਠੇ, ਦੋ ਦੋ ਕੱਪ ਚਾਹ ਦੇ ਪੀ ਲਏ ਆ, ਸਰੀਰ ਵਧੀਆ ਹੋ ਗਿਆ, ਸਰੀਰ ਕਹਿੰਦਾ ਹੁਣ ਮਨਾਲੀ ਜਾ ਕੇ ਰੁਕਣਾ, ਪਰ ਸਾਡਾ ਮਨ ਇਹ ਹੈ ਕਿ ਅਸੀਂ ਰਾਤ ਰਿਜ਼ਾਰੇ ਲੈਂਦਿਆਂ ਨੇ ਜਾਣਾ। ਗੱਲ ਕਿੰਨੀ ਆਉਣ ਰਹੀ ਆ, ਉਹ ਵਾਹ, ਉਹ ਪੱਥਰ ਆ ਗਿਆ ਸੀ ਦਿਖੇ ਨੇ ਬਈ। ਤੁਹਾਨੂੰ ਇੱਕ ਗੱਲ ਦੱਸਾਂ, ਹਜੇ ਤੱਕ ਦੱਸੀ ਨਹੀਂ, ਗੱਲ ਇਹ ਹੈ ਮੈਂ ਭੁਲੇਖੇ 'ਚ ਤੁਰਿਆ ਫਿਰਦਾ ਸੀ। ਏ ਪੋਲਿਊਸ਼ਨ ਕਿਹੜੇ ਮਹੀਨੇ ਦਾ ਐਕਸਪਾਇਰ ਹੋਇਆ, ਅਗਸਤ 3 ਤਾਰੀਖ ਨੂੰ, ਆਹ ਤਿੰਨ ਨੂੰ
ਮਤਲਬ ਇਹ ਥੋੜ੍ਹੀ ਦੇਰ ਪਹਿਲਾਂ ਨਾ ਪੋਲਿਊਸ਼ਨ ਐਕਸਪਾਇਰ ਹੋ ਗਿਆ ਸੀ, ਕੱਲ੍ਹ ਤਾਂ ਸੋਚ ਰਹੇ ਹਾਂ ਕਿ ਕਰਾਉਂਦੇ ਹਾਂ ਕੱਲ੍ਹ ਕੰਮ ਕੁੰਮ ਕਰੀ ਗਏ, ਤਿਆਰੀ ਕਰੀ ਗਏ, ਟਾਈਮ ਨਹੀਂ ਲੱਗਿਆ, ਅਤੇ ਅੱਜ ਸਾਨੂੰ ਕੋਈ ਪੋਲਿਊਸ਼ਨ ਵਾਲਾ ਮਿਲ ਨਹੀਂ ਰਿਹਾ, ਪਤਾ ਨਹੀਂ ਕੀ ਚੱਕਰ ਆ, ਇੱਕ ਦੋ ਮਿਲੇ ਸੀ ਉਹ ਬੰਦ ਆ, ਬਾਕੀ ਅਸੀਂ ਸਵੇਰੇ ਪੰਜਾਬ ਛਾਜੜੇ ਕ੍ਰੋਸ ਕਰਤਾ ਪੰਜਾਬ, ਅਤੇ ਕੋਈ ਦੁਕਾਨ ਨਹੀਂ ਸੀ ਖੁੱਲ੍ਹੀ, ਹਿਮਾਚਲ 'ਚ ਆ ਕੇ ਤੁਹਾਨੂੰ ਪਤਾ ਕੋਈ ਮਸਾਂ ਹੀ ਮਿਲਦਾ ਹੁੰਦਾ, ਕਿਸਮਤ ਨੂੰ ਇੱਕ ਅੱਧਾ ਮਿਲ ਜਾਏ ਤਾਂ ਕੀ ਕਹਿਣਾ, ਅਤੇ ਉਹੀ ਹਾਲ ਹੋਇਆ ਹੁਣ ਸਾਡਾ, ਲੱਭ ਰਹੇ ਹਾਂ, ਜੇ ਮਿਲ ਗਿਆ ਤਾਂ ਠੀਕ ਹੈ, ਨਾ ਮਿਲਿਆ ਤਾਂ ਫਿਰ ਨਹੀਂ ਠੀਕ ਹੈ, ਫਿਰ ਆਪਾਂ ਨੂੰ ਲੱਭਣਾ ਤਾਂ ਪੈਣਾ ਹੀ ਹੈ, ਹੈਂ ਦੇਖੀ ਤਾਂ ਜਾਣੀ, ਆਪਾਂ ਘਰੋਂ ਵੀ ਇਹੀ ਸੋਚ ਕੇ ਨਿਕਲਿਆ ਦੇਖੀ ਜਾਊ, ਉਹ ਤਾਂ ਹੈ ਅਖੀਰਲੀ ਆਪਸ਼ਨ ਤਾਂ ਹੈ, ਅਖੀਰਲੀ ਆਪਸ਼ਨ ਤਾਂ ਇਹੀ ਆ ਦੇਖੀ ਜਾਊ, ਹਾਂ ਬਸ ਹੁਣ ਤਾਂ ਨਿਕਲ ਪਿਆ, ਹੁਣ ਤਾਂ ਬਸ ਦੇਖੀ ਜਾਊ ਜੋ ਹੋਊਗਾ, ਪਰ ਇਹ ਆ ਚੱਲ ਮਿਲ ਜਾਵੇ ਤਾਂ ਵਧੀਆ, 50 ਰੁਪਏ ਦੀ ਚੀਜ਼ ਆ ਕਿਵੇਂ 50 ਰੁਪਏ ਵਿੱਚ ਕੀ 500 ਲਾਉਣਾ, ਸਮਝ ਗਏ ਹੋਊਗੇ ਮੈਂ 500 ਕਿਉਂ ਬੋਲਿਆ, ਸਿਆਣੇ ਬੰਦਿਆਂ ਨੂੰ ਤਾਂ ਇੰਨੀ ਗੱਲ ਹਿੰਟ ਹੀ ਬਹੁਤ ਹੁੰਦਾ, ਸਿਆਣੇ ਬੰਦੇ ਤਾਂ ਉਂਗਲ ਫੜਾਓ ਬਾਹ ਫੜ ਲੈਂਦੇ ਆਪਣੇ ਆਪ ਹੀ, ਮੁੜਨਾ ਹਾਂ ਮੁੜਨਾ, ਕੁੱਤਾ ਬਾਹੂ ਟੋਮੀ ਕੁੱਤਾ ਬਾਹੂ, ਉਹ ਕਿਹੜੀ ਗੱਡੀ ਆ ਸੁਮੋ, ਹਾਂ ਇਹ ਵੀ ਇੱਕ ਟਾਈਮ 'ਤੇ ਆਪਦੇ ਫੋਰਚੂਨਰ ਦਾ ਮੁੱਲ ਪਾਉਂਦੀ ਜੀ ਇੱਕ ਟਾਈਮ 'ਚ, ਭਰਾਵਾ ਪੁਲਿਸ ਵਾਲੇ ਨੇ ਡਰਾਤਾ ਸੀ, ਦੇਖ ਕੇ ਮੂਹਰੇ ਨੂੰ ਆਉਣ ਲੱਗ ਗਿਆ, ਮੈਂ ਕਿਹਾ ਰੋਕੂ ਮੈਂ ਕਰੂੰ ਮਾਨ ਤਾਨ ਕਿ ਹੁਣੀ ਗੱਲ ਕਰਦੇ ਜੀ 500 ਦੀ ਕਿ ਇੰਨੀ ਛੇਤੀ ਸੁਣ ਲਈ, ਵੈਸੇ ਅੱਜ ਰੱਬ ਸੁਣ ਵੀ ਬਹੁਤ ਛੇਤੀ ਰਿਹਾ, ਧੁੱਪ ਵਾਂਗੀ ਧੁੱਪ ਆ ਗਈ, 500 ਵਾਲੀ ਗੱਲ ਕੀਤੀ ਪੁਲਿਸ ਵਾਲਾ ਐਂ ਮੂਹਰ ਨੂੰ ਆਉਣ ਲੱਗਿਆ, ਫਿਰ ਰੁਕ ਗਿਆ, ਚੱਲ ਵਧੀਆ ਰੁਕ ਗਿਆ, ਨਹੀਂ ਤਾਂ ਉਹਨੇ ਸਾਨੂੰ ਰੋਕ ਲੈਣਾ ਸੀ, ਹੁਣ ਇੱਕ ਨਾ ਇੱਥੇ ਆਊਗਾ ਪਾਰਕ ਜੀ, ਮੈਨੂੰ ਜਾਣੇ ਕਿ ਇੱਥੇ ਕੁਛ ਵਧੀਆ ਚੀਜ਼ ਆਉਂਦੀ ਆ, ਪਾਰਕ ਆਉਂਦੀ ਆ, ਪਤਾ ਨਹੀਂ ਝੀਲ ਜੀ ਆਉਂਦੀ ਆ, ਕੁਛ ਵੀ ਆਉਂਦਾ ਵਾ, ਸੋਹਣੀ ਚੀਜ਼ ਆ, ਮੈਂ ਤੁਹਾਨੂੰ ਦਿਖਾਉਂਦਾ, ਜਾਂ ਝੀਲ ਆ ਜਾਂ ਪਾਰਕ, ਦੋਨਾਂ ਨੂੰ ਕੋਈ ਇੱਕ ਚੀਜ਼ ਇੱਧਰਲੀ ਸਾਈਡ 'ਤੇ ਆਊਗੀ, ਹਾਂ ਝੀਲ ਆ, ਸੋਹਣੀ ਆ ਨਾ, ਹਾਂ ਅਸੀਂ ਬਹੁਤ ਵਾਰੀ ਆ ਚੁੱਕੇ ਹਾਂ ਨਾ, ਤਾਂ ਕਰਕੇ ਸਾਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਕਿ ਇੱਥੇ ਇਹ ਆਉਣਾ, ਅਤੇ ਬਈ ਮੰਡੀ ਕ੍ਰੋਸ ਕਰ ਲਿਆ, ਅਤੇ ਆਈ ਥਿੰਕ ਸੋ ਪੰਡੋਰ ਡੈਮ ਆਉਣ ਵਾਲਾ ਵਾ, ਪੋਲਿਊਸ਼ਨ ਤਾਂ ਸਾਡਾ ਅਜੇ ਤੱਕ ਹੋਇਆ ਨਹੀਂ, ਸਾਨੂੰ ਕੋਈ ਮਿਲਿਆ ਹੀ ਨਹੀਂ ਹੈਗਾ ਸ਼ੁੱਕ ਨਾਲ, ਆਈ ਐਮ ਨੋਟ ਸ਼ੋਰ, ਬਟ ਇੱਥੋਂ ਹੁਣ ਮੈਨੂੰ ਲੱਗਦਾ ਕਿ ਹੁਣ ਪੰਡੋਰ ਡੈਮ ਨੀਅਰ ਅਬਾਊਟ ਹੀ ਆ, ਨੀਅਰ ਬਾਈ ਆ ਪੰਡੋਰ ਡੈਮ, ਅਤੇ ਇੱਧਰ ਨਾਲ ਨਦੀ ਆ, ਜਦੋਂ ਮੈਂ ਪਹਿਲੀ ਵਾਰ ਮਨਾਲੀ ਆਇਆ ਸੀ ਨਾ, ਮੈਂ ਨਦੀ ਦੇਖ ਕੇ ਬਹੁਤ ਖੁਸ਼ ਹੋਇਆ ਸੀ, ਮੈਨੂੰ ਬਹੁਤ ਵਧੀਆ ਲੱਗੀ ਸੀਗੀ, ਮਤਲਬ ਸੋਹਣੀ ਲੱਗੀ ਸੀਗੀ, ਐਂ ਪੱਥਰ ਜਿਹੇ ਪਏ ਆ ਸੋਹਣੀ ਸੀ, ਕੋਟੇਜ ਹਾਏ, ਹੈਲਮਟ ਨੇ ਤੰਗ ਕਰ ਲਿਆ, ਬਾਕੀ ਠੀਕ ਹੈ ਛੱਡਣਾ, ਬਾਕੀ ਠੀਕ ਹੈ, ਹੈਲਮਟ ਥੋੜ ਹੈ ਮੋਰ ਦੈਨ ਹਾਫ ਹੈ, ਹੋਰ ਕੁੱਤਿਆਂ ਵਾਂਗੂ ਚਲਾਓ, ਹੋਰ ਕੁੱਤਿਆਂ ਵਾਂਗੂ ਚਲਾਓ, ਬਈ ਆਪਣੇ ਵਾਲੀ 'ਚ ਮੋਰ ਦੈਨ ਹਾਫ ਪਿਆ ਵਾ ਓਇਲ, ਉਹਨਾਂ ਦੇ 1 ਪੁਆਇੰਟ ਓਨਲੀ, ਡੈਟ ਇਜ਼ ਦਾ ਨਦੀ ਨਦੀ, ਨਾਓ ਆਈ ਥਿੰਕ ਸੋ ਵੀ ਹੈਵ ਟੂ ਗੋ ਇਨ ਫੋਰਵਰਡ ਲਾਈਕ ਦਿਸ, ਅੱਗੇ ਕੁਛ ਹੈ, ਹੈਗਾ ਹੈਗਾ ਤਾਂ ਹੀ ਐਡਾ ਜਾਮ ਆ, ਹੈਗਾ ਕੀ ਆ ਵੈਸੇ, ਆਈ ਆਲਸੋ ਡੋਂਟ ਨੋ ਬਟ ਇਟ ਇਨ
ਕਦੇ ਪੁਲਿਸ ਦਾ ਨਹੀਂ, ਫਿਰ ਅੱਛਾ ਉਹ ਸਮਝ ਗਿਆ ਟਰੱਕ ਟਰੱਕ ਵਾਲਾ ਚੜ੍ਹਾ ਕੇ ਮੋੜਨ ਲੱਗਿਆ ਅਤੇ ਮੂਹਰੇ ਜਾਮ ਲੱਗ ਗਿਆ ਜੇ। ਹਾਂ ਜਿਹੜਾ ਵੀ ਪੰਪ ਆਊਗਾ ਆਪਾਂ ਨੂੰ ਇੰਨਾ ਪਤਾ ਲੱਗ ਗਿਆ ਉਹ ਪੰਪ 'ਤੇ ਪੋਲਿਊਸ਼ਨ ਹੁੰਦਾ ਅਤੇ ਆਪਾਂ ਉੱਥੇ ਪੋਲਿਊਸ਼ਨ ਕਰਾ ਕੇ ਫਿਰ ਅੱਗੇ ਜਾਣਾ, ਕਿਉਂਕਿ 50 ਰੁਪਏ ਦੀ ਚੀਜ਼ ਆ, ਚਲਾਨ 1000 ਰੁਪਏ ਦਾ, ਉਹਦਾ ਕੋਈ ਫਾਇਦਾ ਨਹੀਂ। ਅਤੇ ਜਿਹੜੀ ਚੀਜ਼ ਦਾ ਫਾਇਦਾ ਨਾ ਹੋਵੇ ਆਪਾਂ ਕਰਨਾ ਕਿਉਂ? ਭਾਵੇਂ ਆਪਾਂ ਜੱਟਾਂ ਦੇ ਹਾਂ, ਕੰਮ ਤਾਂ ਆਪਣਾ ਬਿਜ਼ਨਸਮੈਨ ਨਾਲ ਹੀ ਹੈ, ਪਰ ਆਪਾਂ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਸੋਚੀਏ, ਵਾਈ ਟੂ ਟੇਕ ਸੋਚ ਅ ਬਿਗ ਲੋਸ। ਪਰ ਮੈਂ ਪੰਡੋਰ ਡੈਮ ਦੇਖਣਾ ਚਾਹੁੰਦਾ, ਕਿਉਂਕਿ ਨਾ ਔਨ ਆ ਸੀਰੀਅਸ ਪੰਜਾਬ ਆਪਾਂ ਉਹ ਜਦੋਂ ਫਲੱਡ ਆਏ ਸੀਗੇ ਉਦੋਂ ਪੰਡੋਰ ਡੈਮ ਟੁੱਟ ਗਿਆ ਸੀਗਾ, ਅਤੇ ਮੈਂ ਦੇਖਣਾ ਚਾਹੁੰਦਾ ਕਿ ਅੱਜ ਦੇ ਟਾਈਮ 'ਚ ਉਹਦੀ ਕੀ ਕੰਡੀਸ਼ਨ ਹੈ, ਕਿਉਂਕਿ ਜਦੋਂ ਪਹਿਲਾਂ ਮੈਂ ਆਇਆ ਵਾ ਨਾ 2-3 ਵਾਰੀ, ਉਹ ਬਹੁਤ ਸੋਹਣਾ ਸੀਗਾ ਜਿਹੜਾ ਪੰਡੋਰ ਡੈਮ ਦੇ ਉੱਪਰੋਂ ਐਂ ਜਦੋਂ ਕ੍ਰੋਸ ਕਰਦੇ ਆ, ਇੱਧਰਲੇ ਪਾਸੇ ਸਾਰਾ ਪਾਣੀ ਪਾਣੀ ਹੁੰਦਾ ਵਾ, ਇੱਧਰ ਐਂ ਖਾਲੀ ਜੀ ਨਹਿਰ ਪਈ ਹੁੰਦੀ ਆ, ਬਹੁਤ ਸੋਹਣਾ ਲੱਗਦਾ ਪੰਡੋਰ ਡੈਮ ਮੈਨੂੰ। ਬਟ ਹੁਣ ਦੇਖਾਂਗੇ ਕਿ ਕਿੱਦਾਂ ਦਾ ਲੱਗ ਰਿਹਾ, ਮੈਂ ਸੀਰੀਅਸਲੀ ਉਹ ਦੇਖਣਾ ਚਾਹੁੰਦਾ। ਵੈਸੇ ਸਾਡਾ ਪਲੈਨ ਵੀ ਇੱਕਦਮ ਹੀ ਬਣ ਗਿਆ ਯਾਰ, ਕੁਛ ਇੱਦਾਂ ਸਾਡਾ ਇਹ ਨਹੀਂ ਸੀਗਾ ਕਿ ਸੋਚਿਆ ਹੋਇਆ ਜਾਣਾ ਨਹੀਂ ਜਾਣਾ। ਆਹ ਕ੍ਰਿਸਮਸ ਦੇ ਕਰਕੇ ਛੁੱਟੀਆਂ ਆ ਗਈਆਂ, ਸੈਚਰਡੇ ਸੰਡੇ ਜਾਂ ਮੰਡੇ ਦੀ ਛੁੱਟੀ ਆ ਗਈ, ਅੱਜ ਸੰਡੇ ਆ, ਅਸੀਂ ਸੈਚਰਡੇ ਜਾਣਾ ਸੀਗਾ 23 ਤਰੀਕ ਨੂੰ, ਪਰ ਸਾਡਾ ਸੈਟਲਮੈਂਟ ਜੀ ਹੋਈ ਨਹੀਂ। ਮਤਲਬ ਸੈਚਰਡੇ ਮੋਰਨਿੰਗ ਪਤਾ ਨਹੀਂ ਫਰਾਈਡੇ ਨਾਈਟ ਨੂੰ ਸਾਡਾ ਪਲੈਨ ਬਣਿਆ ਸੈਚਰਡੇ ਚੱਲਦੇ ਹਾਂ, ਬਾਈਕ ਦਾ ਕੰਮ ਕੁੰਮ ਕਰਾਉਣ ਵਾਲੇ ਸੀਗੇ, ਸੈਟਲਮੈਂਟ ਜੀ ਹੋਈ ਨਹੀਂ ਪਲੈਨ ਸੈਚਰਡੇ ਦੀ। ਸੈਚਰਡੇ ਨਾਈਟ ਨੂੰ ਅਸੀਂ ਸਾਰੇ ਜਾਣੇ ਇਕੱਠੇ ਹੋ ਗਏ ਸੀਗੇ ਆਪਣੇ ਘਰ ਹੀ, ਕਿ ਹਾਂ ਇੱਥੋਂ ਚੱਲਾਂਗੇ ਰਾਤ ਨੂੰ ਹੀ, ਕਿ ਸਾਰੇ ਦਿਨ ਨਿਕਲ ਪਾਂਗੇ। ਪਰ ਕੰਮ ਕੁੰਮ ਕਰਦੇ, ਪੈਕਿੰਗ ਪੁਕਿੰਗ ਕਰਦੇ ਲੇਟ ਵਾਲਾ ਹੋ ਗਏ, ਲੇਟ ਹੋਏ ਤਾਂ ਫਿਰ ਸੱਜਣਾ ਅਸੀਂ ਕਿਹਾ 24 ਤਰੀਕ ਨੂੰ ਸਵੇਰੇ ਸਵੇਰੇ ਨਿਕਲਾਂਗੇ, 5:30 ਵਜੇ ਨੂੰ ਯਾਰ ਨਹੀਂ ਸਵੇਰੇ ਘਰੋਂ ਤੁਰ ਪਏ, ਰਾਤ ਨੂੰ ਸੁੱਤੇ ਹੀ ਨਹੀਂ। ਅਤੇ ਆ ਗਿਆ ਪੰਪ, ਪੰਪ ਅਤੇ ਪੋਲਿਊਸ਼ਨ ਦਾ ਹਵਾ, ਪੋਲਿਊਸ਼ਨ ਬਾਈ ਪੋਲਿਊਸ਼ਨ ਵਾਲਾ ਹੈਗਾ ਕਿੱਥੇ ਅੱਗੇ ਲੋ ਵੀ, ਅੱਜ ਤਾਂ ਕਿਸਮਤ ਹੀ ਐਂ ਚੱਲ ਰਹੀ ਆ। ਜਿੱਥੋਂ ਮੈਂ ਜਿਹੜਾ ਪਾਸੀ ਨੇ ਕਰਾਇਆ ਸੀ ਨਾ ਇੱਧਰਲੇ ਹੱਥ ਵਾਲਾ ਪੰਪ, ਉੱਥੇ ਹੀ ਹੋਣਾ ਮੇਰਾ ਵੀ, ਪਰ ਮੈਨੂੰ ਪੰਪ ਨਹੀਂ ਪਤਾ ਕਿੱਥੇ ਆ। ਅੱਜ ਸਾਡਾ ਪੋਲਿਊਸ਼ਨ ਹੀ ਨਹੀਂ ਹੋ ਪਾ ਰਿਹਾ, ਪਤਾ ਨਹੀਂ ਕੀ ਚੱਕਰ ਆ। ਚਲੋ ਕੋਈ ਨਹੀਂ, ਬਾਬਾ ਭਲੀ ਕਰੇ। ਮੈਂ ਤੁਹਾਨੂੰ ਦੱਸ ਰਿਹਾ ਸੀ ਅੱਜ ਫਿਰ ਮੋਰਨਿੰਗ ਸਾਜਰੇ ਤੜਪੇ, ਰਾਤ ਸੁੱਤੇ ਹੀ ਨਹੀਂ ਹੈਗੇ। ਐਕਚੁਲੀ ਮੇਰੀ ਬਾਈਕ ਦੇ ਵਿੱਚ ਨਾ ਥੋੜ੍ਹਾ ਜਿਹਾ ਇਸ਼ੂ ਆ ਰਿਹਾ ਸੀ ਬੈਟਰੀ ਦਾ, ਤਾਂ ਕਰਕੇ ਰਾਤ ਸਾਰੀ ਬਾਈਕ ਖੋਲ੍ਹੀ ਹੋਈ ਸੀਗੀ, ਵਾਇਰਿੰਗ ਵੂਰਿੰਗ ਚੈੱਕ ਕਰਕੇ ਫਿਰ ਚੱਲੇ। ਐਕਚੁਲੀ ਇਹਦੇ ਇੰਡੀਕੇਟਰ ਨਹੀਂ ਸੀ ਚੱਲ ਰਹੇ ਸੀਗੇ, ਬਟ ਕਦੇ ਚੱਲ ਪਏ ਕਦੇ ਖੜ੍ਹ ਕੇ, ਉਹ ਵਾਇਰਿੰਗ ਵੂਰਿੰਗ ਸੈੱਟ ਕਰਨ ਵਾਲੀ ਸੀਗੀ, ਅਤੇ ਤਾਂ ਕਰਕੇ ਫਿਰ ਉਹ ਕਰਕੇ ਇਸ ਤੋਂ ਬਾਅਦ ਹਵਾ ਠੰਡੀ ਹੋ ਗਈ। ਸੈੱਟ ਸੁੱਟ ਕਰਕੇ ਰਾਤ 12-1 ਵਜੇ ਸੁੱਤੇ, ਫਿਰ ਤੁਹਾਨੂੰ ਪਤਾ 4 ਜਣੇ ਇਕੱਠੇ ਹੋਣ ਤਾਂ ਫਿਰ ਕਿੱਥੇ ਸੁੱਤੇ ਜਾਂਦਾ, ਫਿਰ ਇੱਕ ਦੂਜੇ ਨਾਲ ਗੱਲਾਂ ਮਾਰੀ ਗਏ, ਪੰਗੇ ਲਈ ਗਏ, ਐਲ ਤਾਂ ਸ਼ਰਾਰਤੀ ਅਨਸਰ, ਅਤੇ ਫਿਰ ਜਦੋਂ ਇੱਕ ਦੂਜੇ ਨਾਲ ਪੰਗੇ ਲਈ ਗਏ ਐਂ ਸਵੇਰ ਦੇ 4:00 ਵੱਜ ਗਏ, ਚਾਹ ਪੀਤੀ ਕੈਰੀ ਜੀ ਕਰਕੇ ਬਹਿ ਗਏ ਮੋਟਰਸਾਈਕਲ 'ਤੇ ਬੈਠੇ, ਹੁਣ ਇੱਥੇ ਆ ਗਏ, ਰਾਹ 'ਚ ਰੁਕਦੇ ਰੁਕਾਉਂਦੇ ਮਜ਼ੇ ਨਾਲ ਆ ਰਹੇ ਹਾਂ। ਪਹਾੜ ਛੱਡਣਾ ਪਹਾੜ, ਨਦੀ ਪਹਾੜ, ਆਸਮਾਨ ਨੀਚੇ ਮੈਂ ਉੱਪਰ,
ਗਾਣੇ ਦਾ ਪਤਾ ਨਹੀਂ ਕਿ ਮੈਨੂੰ ਹਿੰਦੀ ਗਾਣੇ ਸਮਝ ਤਾਂ ਘੱਟ ਹੀ ਆਉਂਦੇ ਹੁੰਦੇ ਆ, ਨਾ ਮੈਨੂੰ ਗਾਉਣੇ ਜਿਹੇ ਆਉਂਦੇ ਆ ਇਹ, ਪਰ ਆਪਾਂ ਪੰਗੇ ਲੈਂਦੇ ਰਹਿੰਦੇ ਹਾਂ। ਤੁਸੀਂ ਕਹੋਗੇ ਮਿੰਟ ਕੁ ਬਾਅਦ ਫਿਰ ਕੈਮਰਾ ਔਨ ਕਰ ਲੈਂਦਾ, ਬਟ ਆਹ ਦੇਖੋ ਨਾ ਜੰਨਤ ਦੇਵ ਵੀਡੀਓ ਬਣਾ, ਫੋਨ ਕੱਢ ਗਿਆ ਇਹ 'ਚ ਸਵਾਲ। ਮਾਰ ਗਈ ਬੱਤੀ ਤੇ ਬਈ ਆਪਾਂ ਤੁਹਾਨੂੰ ਦਿਖਾਉਣਾ ਸੀ, ਆਹ ਦੇਖੋ ਪਹਾੜ ਜਿੰਨੇ ਸੋਹਣੇ ਤੇ ਓਨੇ ਖਤਰਨਾਕ ਵੀ ਹੁੰਦੇ ਆ, ਬੰਦਾ ਥੋੜਾ ਹਿਸਾਬ ਨਾਲ ਹੀ ਰਵੇ। ਹਾਂਜੀ ਮੋਏ ਮੋਏ ਆ ਕੈਮਰੇ ਦਾ ਲੈਂਸ ਸਾਫ ਕਰੀ, ਹੋ ਗਿਆ ਮੋਏ ਮੋਏ। ਮੈਂ ਇਹ ਕਹਿ ਰਿਹਾ ਸੀਗਾ ਕਿ ਪਹਾੜ ਜਿੰਨੇ ਸੋਹਣੇ ਹੁੰਦੇ ਓਨੇ ਖਤਰਨਾਕ ਵੀ ਹੁੰਦੇ ਆ ਨਾ। ਉਹ ਹੀਰਨ ਦੇਖਿਓ ਤੂੰ ਪਿੱਛੇ ਕਿਹੜਾ, ਇੱਥੇ ਨਦੀ ਦੇ ਕਿਨਾਰੇ ਕਿਨਾਰੇ ਸੀਗੇ ਤਿੰਨ ਚਾਰ, ਮੈਂ ਨਹੀਂ ਧਿਆਨ ਦਿੱਤਾ ਬਾਈ ਨਾ ਨਾ। ਚੱਲ ਵਧੀਆ ਚੱਲੀਏ ਵਾਪਸ ਦੇਖਣ, ਹਾਂ ਹੁੰਦੇ ਤਾਂ ਮੈਂ ਪਹਿਲਾਂ ਵੀ ਦੇਖਿਆ। ਮੈਂ ਇਹ ਦੇਖ ਪਾਣੀ ਦੇਖ ਕਿੰਨਾ ਗ੍ਰੀਨ ਗ੍ਰੀਨ ਜਿਹਾ ਵਾ ਨਾ, ਪਿਛਲੀ ਵਾਰ ਇਹ ਪਾਣੀ 'ਚ ਨਹਾਤੇ ਸੀਗੇ ਅਸੀਂ। ਐਤਕੀ ਨਹਾਏਗਾ ਤੂੰ, ਐਤਕੀ ਤੂੰ ਨਹਾ ਲਈ ਕਿਆ? ਕੀ ਕੀਤਾ ਵਾ ਟੈਂਕੀ ਖੋਲ ਕੇ ਦੇਖੀ, ਸਾਈਨ ਗਲਤ ਆ ਰਹਾ, ਤੇਲ ਤਾਂ ਵੀ ਬਹੁਤ ਪੜਾ ਹੈ। ਇੰਨੇ ਤੇ ਕਿੰਨਾ ਕੁ ਤੇਲ ਪੀਗੀ 10 ਕਿਲੋਮੀਟਰ ਚ? ਭਰਾਵਾ ਤੂੰ ਮੇਰੀ ਗੱਲ ਸੁਣ, ਫਿਊਲ ਪੋਲਿਊਸ਼ਨ ਨਾ ਹੋਇਆ ਵੱਧ ਤੋਂ ਵੱਧ ਕੀ ਹੋਜੂ, 500-1000 ਦਾ ਚਲਾਨ ਹੋਜੂ, ਫਿਊਲ ਇੰਜੈਕਟਰ 10-15 ਹਜ਼ਾਰ ਦਾ ਪਵਾ ਲੇਗਾ, ਇੱਥੇ ਮਿਲਣਾ ਵੀ ਨੀ, ਇੱਥੇ ਮਿਲਣਾ ਵੀ ਨੀ, ਜਿਹੜੇ ਇੱਥੇ ਖੱਜਲ ਹੋਵਾਂਗੇ। ਪਤਾ ਨੀ ਕਿੰਨੇ ਪਿੱਛੇ ਆਓ ਨਾਲ ਦੇ ਬੰਦਿਆਂ ਨੇ ਬਾਈਕ ਐਕਸਚੇਂਜ ਨੀ ਕੀਤੀ, ਮਤਲਬ ਬਾਈਕ ਐਕਸਚੇਂਜ ਇਨ ਦਾ ਸੈਂਸ ਡਰਾਈਵਰ ਉਹਨਾਂ ਨੇ ਬਦਲਿਆ ਸੀਗਾ, ਨਿਤਿਨ ਚਲਾਉਣ ਲੱਗ ਗਏ ਸੀ, ਪਹਿਲਾਂ ਜਤਿਨ ਚਲਾ ਰਿਹਾ ਸੀ, ਲੱਭ ਹੀ ਨਹੀਂ ਰਹੇ ਕਿੱਥੇ ਆ। ਆਈ ਡੋਂਟ ਨੋ ਵੇਅਰ ਹੀ ਗੋ, ਸ਼ੋ ਮੈਚ ਫਾਸਟ ਫਾਸਟ, ਚੱਲ ਮੈਂ ਤਾਂ ਸਲੋ ਸਲੋ ਜਾ ਰਿਹਾ। ਅਤੇ ਮੈਂ ਕੈਮਰਾ ਔਨ ਕਰਨ ਦੀ ਵਜ੍ਹਾ ਇਹ ਸੀ, ਪੰਡੋਰ ਡੈਮ ਆ ਗਿਆ ਬਹੁਤ ਟਾਈਮ ਬਾਅਦ, ਮਸਾਂ ਲੱਭਿਆ ਵਿਚਾਰਾ, ਹੁਣ ਹੀ ਮਾੜੀ ਦੀ ਝਲਕ ਦਿਖੀ ਸੀਗੀ। ਮੈਂ ਤੁਹਾਨੂੰ ਦੱਸਿਆ ਸੀ ਨਾ ਇੱਧਰਲੇ ਪਾ ਕਿ ਆਪਣਾ ਇੱਧਰਲੇ ਪਾਸੇ ਪੰਡੋਰ ਡੈਮ ਖਾਲੀ ਖਾਲੀ ਜਿਹਾ ਹੁੰਦਾ, ਮਾੜਾ ਮਾੜਾ ਪਾਣੀ ਹੁੰਦਾ, ਅਤੇ ਪਰਲੀ ਸਾਈਡ 'ਤੇ ਫੁੱਲ ਭਰਿਆ ਹੁੰਦਾ, ਵਿਊ ਬਹੁਤ ਸੋਹਣਾ ਹੁੰਦਾ। ਬਸ ਦੇਖਿਓ ਬਸ ਤਿਆਰ ਹੋ ਜਾ, ਪੁਲਿਸ ਵਾਲੇ ਖੜ੍ਹੇ ਆ। ਕਿੱਥੇ ਰਹਿ ਗਿਆ? ਉੱਥੇ ਕੀ ਸੀਗਾ, ਮੈਂ ਲੱਗਦਾ ਥੋੜ੍ਹਾ ਜਿਹਾ ਤੇਜ਼ ਕਰਨਾ ਪੈਣਾ, ਹਜੇ ਥੋੜ੍ਹਾ ਜਿਹਾ ਦੂਰ ਆ।
ਮਤਲਬ ਦਿਖਿਆ ਸੀ ਮੈਨੂੰ, ਪਰ ਤੁਹਾਨੂੰ ਪਤਾ ਪਹਾੜਾਂ 'ਚ ਪਹੁੰਚਣ ਨੂੰ ਟਾਈਮ ਲੱਗ ਜਾਂਦਾ। ਕਿਉਂ ਲਓ ਜੀ ਕਲਿੱਪ ਫਿਰ ਤੋਂ ਸਟਾਰਟ ਕਰ ਲਈ। ਹਾਂ ਗੱਡੀ ਵਾਲੇ ਬ੍ਰੇਕਾਂ ਲਾਤੀਆਂ ਕਰਤੀ, ਮੁੜੇ ਪੁਲਿਸ ਵਾਲੇ ਖੜ੍ਹੇ ਨੇ ਤਾਂ ਪੁਲਿਸ ਵਾਲਿਆਂ ਨੇ ਆਪ ਹੱਥ ਦਿਲਾ ਕੇ ਆ ਜਾਓ, ਕਿਹੜੀ ਵੱਡੀਆਂ ਗੱਡੀਆਂ ਰੁਕਾਈਆਂ ਹੋਈਆਂ, ਇਹਨਾਂ ਨੇ ਪਰਮਿਟ ਪੁਰਮਿਟ ਦੇਖਣੇ ਹੋਣੇ ਆ। ਚਲੋ ਆ ਗਿਆ ਡੈਮ, ਇੱਧਰਲੇ ਪਾਸੇ ਸਾਰਾ ਖਾਲੀ, ਆ ਸਾਰਾ ਵੱਡੀਆਂ ਗੱਡੀਆਂ ਰੁਕੀਆਂ ਹੋਈਆਂ ਨਾ। ਹਾਂ ਆਪਾਂ ਨੂੰ ਤਾਂ ਪੁਲਿਸ ਵਾਲੇ ਆਪ ਕਹਿ ਰਿਹਾ ਜਾਓ, ਆਪਾਂ ਚੱਲਦੇ ਹਾਂ ਹੌਲੀ ਹੌਲੀ। ਮੈਨੂੰ ਤਾਂ ਪਰਲੇ ਪਾਸੋਂ ਇੰਨਾ ਸੋਹਣਾ ਲੱਗਦਾ ਨਾ ਇਹ ਡੈਮ, ਮਤਲਬ ਪਤਾ ਨਹੀਂ ਇੱਧਰ ਮਤਲਬ ਡੈਮ ਸੋਹਣਾ ਇਹਦਾ ਸੈਂਸ ਨਾ, ਡੈਮ ਦਾ ਜਿਹੜਾ ਪਾਣੀ ਆ ਉਹ ਇੰਨਾ ਪਿਆਰਾ ਕਲਰ ਆ, ਅਤੇ ਵੀਡੀਓ ਬਣਾ ਫੋਨ 'ਤੇ ਇੱਦਾਂ ਸਵਾਦ ਜਿਹਾ ਨਹੀਂ ਆਉਂਦਾ, ਛੇਤੀ ਕਰ। ਅਤੇ ਇੱਧਰਲੇ ਪਾਸੇ ਦੇਖੋ ਭਰਿਆ ਪਿਆ, ਉੱਥੇ ਥੋੜ੍ਹਾ ਜਾਮ ਹੁੰਦਾ ਉਹ ਕੋਰਨਰ 'ਤੇ ਮੈਨੂੰ ਪਤਾ। ਦੋਨੋਂ ਪਾਸੇ ਦਿਖਾ ਫੋਨ ਟੇਢਾ ਕਰ ਲਈ, ਛੇਤੀ ਛੇਤੀ ਛੇ ਸਾਰਾ ਇਹ ਦਿਖਾਉਣਾ, ਇਹ ਦਿਖਾਉਣਾ ਇੱਧਰਲਾ ਵੀ, ਆਹ ਵੀ ਦਿਖਾ ਦੇ ਚਾਚਾ, ਵਾਹ ਆਹ ਸਾਰਾ ਦਿਖਾ, ਪਾਣੀ ਪੂਣੀ, ਮੰਕੀ ਵੀ ਦਿਖਾ ਦੇ, ਮੰਕੀ ਵੀ ਦਿਖਾ ਦੇ ਆਹ ਦੇ। ਉਹ ਮੰਕੀ ਤਾਂ ਦਿਖਾਇਆ ਨਹੀਂ ਤੂੰ, ਮਗਰ ਰਹਿ ਗਿਆ। ਚਲੋ ਡੈਮ ਤੋਂ ਆਪਾਂ ਉੱਧਰ ਨੂੰ ਜਾਂਦੇ ਹੁੰਦੇ ਸੀਗੇ ਮਨਾਲੀ ਦਾ ਰਸਤਾ, ਬਟ ਉਹ ਰਸਤਾ ਟੁੱਟਿਆ ਹੋਇਆ ਵਾ, ਤਾਂ ਉਹ ਕਹਿੰਦੇ ਇੱਧਰ ਦੀ ਜਾਓ, ਇੱਧਰ ਤੁਸੀਂ ਜਾਮ ਚੈੱਕ ਕਰੋ ਬ੍ਰੋ ਇੰਨਾ ਜ਼ਿਆਦਾ। ਅਤੇ ਮੈਂ ਇਹ ਸੋਚ ਰਿਹਾ ਮੈਂ ਗਲਤੀ ਕਰ ਲਈ ਇੱਧਰ ਆ ਕੇ, ਅਤੇ ਰੱਬ ਨਾ ਕਰੇ ਕੁਛ ਵੀ ਮਿਸ ਹੈਪਨ ਹੁੰਦਾ ਥੱਲੇ ਨਾਲ ਆ। ਓ ਨੋ, ਚਲੋ ਬਟ ਬਾਈਕ ਹੋਣ ਦਾ ਫਾਇਦਾ ਸਾਈਡ ਤੋਂ ਬੰਦਾ ਹੌਲੀ ਹੌਲੀ ਜਾਈ ਜਾਂਦਾ, ਪਰ ਕਿਤੇ ਗੱਡੀ ਵਾਲੇ ਨੇ ਗੱਡੀ ਦੱਬਤੀ ਨਾ ਇੱਧਰ ਨੂੰ। ਬਸ ਮੈਂ ਵਾਈਜ਼ਰ ਬੰਦ ਕਰ ਲਾ, ਕਿਉਂ ਮਿੱਟੀ ਖਾ ਰਿਹਾ ਵਾਂ। ਉਹ ਸੱਚ ਮੈਨੂੰ ਦੇਸ਼ ਦੀ ਮਿੱਟੀ ਨਾਲ ਪਿਆਰ ਆ, ਮੈਂ ਤਾਂ ਮਿੱਟੀ ਖਾ ਰਿਹਾ ਸੀ ਵਾਈਜ਼ਰ ਖੋਲ੍ਹ ਕੇ। ਗੱਲ ਤਾਂ ਆਪਣੇ ਕੋਲ ਇੱਕ ਤੋਂ ਇੱਕ ਆ, ਗਲਤੀ ਤਾਂ ਆਪਾਂ ਆਪਣੀ ਦੱਸਣੀ ਨਹੀਂ, ਉਹਦੀ ਨਾ ਮੰਨਣੀ ਹੁੰਦੀ ਹੈ। ਭੁੱਖ ਲੱਗ ਰਹੀ ਪਈ ਹੈ, ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ, ਆਡੀਓ ਜਿਹਾ ਚੱਲ ਰਿਹਾ ਢਿੱਡ ਦੇ ਵਿੱਚ, ਸ਼ਾਇਦ ਭੁੱਖ ਲੱਗ ਰਹੀ ਹੈ, ਪਤਾ ਨਹੀਂ। ਨਹੀਂ ਇੱਕ ਗੱਲ ਨੋਟ ਕਰਿਓ, ਹੁਣ ਨਾ ਇਹ ਕਿੱਧਰੋਂ ਬਾਈਕਰ ਗਿਆ ਸੀ, ਜਦੋਂ ਇੱਕ ਅਨਨੋਨ ਬਾਈਕਰ ਵੀ ਹੋਵੇ ਨਾ ਕਦੇ ਵੀ, ਉਹ ਇੱਕ ਬਾਈਕਰ ਦੂਜੇ ਬਾਈਕਰ ਨੂੰ ਕ੍ਰੋਸ ਕਰਦਾ ਵਾ, ਪਤਾ ਨਹੀਂ ਕਿਉਂ ਇੱਕ ਮੁੱਲੋ ਮੁੱਲੀ ਫੇਸ 'ਤੇ ਸਮਾਈਲ ਆ ਜਾਂਦੀ ਆ, ਇੱਕ ਦੂਜੇ ਨੂੰ ਦੇਖ ਕੇ ਸਮਾਈਲ ਕਰਦੇ ਹੀ ਕਰਦੇ ਆ, ਅਤੇ ਥਮ ਨਹੀਂ ਤਾਂ ਥਮਸ ਅਪ ਕਰ ਦਿੰਦੇ ਆ, ਕੁਛ ਵੀ ਮੰਨ ਲਓ ਇੱਕ ਦੂਜੇ ਨੂੰ ਮੰਨ ਲਓ ਕਿ ਆਪਾਂ ਕੀ ਕਹਿ ਦਿੰਦੇ ਹਾਂ ਇਨਹੈਂਸ ਕਰਦੇ ਹਾਂ, ਵੀ ਤੂੰ ਵਧੀਆ ਕੰਮ ਕਰ ਰਿਹਾ ਕੰਟੀਨਿਊ ਰੱਖੀ। ਇੱਕ ਬਾਈਕਰ ਬਾਈਕ ਭਾਵੇਂ ਅਨਨੋਨ ਇੱਕ ਦੂਜੇ ਲਈ, ਬਟ ਇਹਨਾਂ ਬਾਈਕਰਸ ਦਾ ਇੱਕ ਆਪਸ ਦੇ ਵਿੱਚ ਬਰੋ ਕੋਡ ਹੁੰਦਾ ਵਾ, ਇੱਕ ਅਲੱਗ ਇਹਨਾਂ ਦਾ ਆਪਸ ਪਿਆਰ ਹੁੰਦਾ। ਮੈਂ ਇਹ ਦੇਖ ਰਿਹਾ ਅੱਜ ਇੰਨੀ ਆਫ ਰੋਡਿੰਗ ਕਿਉਂ ਕਰ ਰਹੇ ਹਾਂ ਆਪਾਂ, ਮੈਂ ਥੱਕ ਜਾਊਂਗਾ, ਥੱਲੇ ਚੱਲ ਕੇ ਬੈਠੀਏ ਥੋੜ੍ਹਾ ਟਾਈਮ, ਆ ਦੇ ਰਾਹ ਜਾ ਰਿਹਾ, ਪਰ ਇਹ ਆਪਾਂ ਨੂੰ ਜਾਣ ਨਹੀਂ ਦੇਣਾ ਜਿੱਥੇ ਤੱਕ ਮੈਨੂੰ ਲੱਗਦਾ। ਕੋਈ ਨਹੀਂ, ਆਪਾਂ ਕੁੱਲੂ ਕੋਲ ਹੈਗਾ ਆਪਣਾ ਇੱਕ ਥਾਂ, ਇੱਥੇ ਆਪਾਂ ਹਰ ਵਾਰ ਜਾਂਦੇ ਹੁੰਦੇ ਹਾਂ ਕੁੱਲੂ ਤੋਂ ਨਾ, ਇੱਕ ਦਿਖਾ ਦਾਂਗੇ ਹੋਟਲ ਦੇ ਪਿੱਛੋਂ ਰਾਹ 'ਤੇ ਜਾਂਦਾ ਕੱਚਾ ਜਿਹਾ ਹੀ ਰਾਹ ਵਾ, ਬਹੁਤ ਉੱਥੇ ਤਾਂ ਮਜ਼ਾ ਵੀ ਆਉਂਦਾ ਕਿਉਂਕਿ ਚੜ੍ਹਾਈਆਂ ਸਿੱਧੀਆਂ ਜਿਹੀਆਂ ਆਉਂਦੀਆਂ ਕੱਚੇ ਰਾਹ ਦੀਆਂ, ਬਾਈਕ ਦਾ ਪੂਰਾ ਐਨ ਜ਼ੋਰ ਲੱਗਦਾ, ਆਈ ਆਈ ਬਾਈਕ ਨੀਚੇ ਲੱਗ ਗਈ, ਇਹ ਤਾਂ ਧੱਕ ਹੀ ਲੱਗ ਗਿਆ।
ਚਲੋ ਦੇਖਦੇ ਹਾਂ ਕੀ ਕਹਿੰਦਾ ਮਾਹੌਲ ਚਾਲ। ਹੁਣ ਤਾਂ ਮਿੱਟੀ ਮਿੱਟੀ ਹੈ। ਪਹਿਲਾਂ ਜ਼ੂਮ ਆਊਟ ਕਰਕੇ ਤੁਸੀਂ ਬਾਅਦ ਜ਼ੂਮ ਇਨ ਕਰ ਲਓ। ਦੋ ਡੈਮ ਤੋਂ 5-10 ਕਿਲੋਮੀਟਰ ਅੱਗੇ ਆਏ ਹੋਏ ਹਾਂ ਅਤੇ ਰੋਡ ਤਾਂ ਇੱਥੋਂ ਦੀ ਪਹਿਲਾਂ ਤੋਂ ਹੀ ਖਰਾਬ ਆ, ਮਤਲਬ ਟੁੱਟੀ ਹੋਈ ਆ। ਅਤੇ ਕੱਲ੍ਹ ਨੂੰ ਕ੍ਰਿਸਮਸ ਆ ਅਤੇ ਤੁਹਾਨੂੰ ਪਤਾ ਕ੍ਰਿਸਮਸ ਟਾਈਮ 'ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਵਾ ਆਪਣਾ ਇੱਥੇ ਕਿਸੇ ਵੀ ਹਿੱਲ ਸਟੇਸ਼ਨ 'ਤੇ, ਸ਼ਿਮਲਾ ਵਗੈਰਾ, ਮਨਾਲੀ, ਕੋਈ ਵੀ ਹਿੱਲ ਸਟੇਸ਼ਨ ਆ ਉੱਥੇ ਜ਼ਿਆਦਾ ਰਸ਼ ਹੁੰਦਾ ਵਾ। ਅਤੇ ਬਈ ਇੰਨਾ ਟਰੈਫਿਕ ਆ ਨਾ, ਉਹ ਵਾਹਿਗੁਰੂ ਵਾਹਿਗੁਰੂ ਮੈਂ ਕਹਿੰਦਾ, ਉਹ ਮਾਈ ਗੋਡ ਇੰਨਾ ਟਰੈਫਿਕ ਆ। ਤੁਸੀਂ ਮੂਹਰੇ ਇੱਕ ਵਾਰ ਆਪ ਨਿਗਾਹ ਮਾਰ ਲਓ ਕਿ ਕਿਸ ਹਿਸਾਬ ਨਾਲ ਚੱਲ ਰਿਹਾ। ਸਾਨੂੰ ਨਹੀਂ ਪਤਾ ਸਾਡੇ ਨਾਲ ਦੇ ਬੰਦੇ ਕਿੱਥੇ ਆ ਕਿ ਕਿੱਥੇ ਉਹ ਫਿਰਦਾ, ਕਿੱਥੇ ਅਸੀਂ ਆ। ਸ਼ਾਇਦ ਸਾਡੇ ਨਾਲ ਮੂਹਰੇ ਆ, ਇੰਨਾ ਮੈਨੂੰ ਕਨਫਰਮ ਆ ਕਿ ਸਾਡੇ ਨਾਲ ਮੂਹਰੇ ਹੀ ਨੇ, ਬਾਕੀ ਇਹ ਵੀ ਨਹੀਂ ਪਤਾ। ਮਗਰ ਹੁਣ ਕਾਂਟ ਸੇ ਐਨੀਥਿੰਗ, ਤੂੰ ਨਾ ਹਿੱਲਿਆ ਕਰ ਮਗਰ ਲਿਆ। ਤੈਨੂੰ ਮਗਰ ਬੈਠੇ ਨੂੰ ਹਿੱਲਣਾ ਜ਼ਿਆਦਾ ਆਉਂਦਾ? ਹਾਂ, ਫਿਰ ਹਿੱਲਦਾ ਕਿਉਂ ਅਜੇ ਐਂਡ ਦੇ ਬੈਠਾ? ਲੈ ਮੈਂ ਦੇਖ ਲੈ, ਜੇ ਤੂੰ ਹਿੱਲਿਆ ਨਾ ਮੈਂ ਮੋਟਰਾਂ ਥੱਲੇ ਛੱਡ ਦੇਣਾ। ਆਹ ਦੇਖੋ ਮਗਰ ਤੋਂ ਟ੍ਰੈਫਿਕ ਆ, ਸਾਰਾ ਟ੍ਰੈਫਿਕ ਆ। ਬਟ ਵੀ ਆਰ ਔਨ ਆਰ ਵੀ ਆਈ ਪੀ ਬਾਈਕ ਐਂਡ ਵੀ ਆਈ ਪੀ ਲੇਨ, ਵੀ ਕੈਨ ਡੂ ਐਨੀਥਿੰਗ। ਵੀ ਆਈ ਪੀ ਬੰਦੇ ਆ ਨਾ, ਦੇਖ ਆਰਾਮ ਨਾਲ ਲੋਕ ਖੜ੍ਹੇ, ਆਪਾਂ ਸਾਈਡ ਤੋਂ ਮਜ਼ੇ ਨਾਲ ਜਾ ਰਹੇ ਹਾਂ। ਆਪਣੀ ਬਾਈਕ ਬਹੁਤ ਅੱਗੇ ਆ, ਮੈਂ ਮਗਰੋਂ ਦੇਖ ਲਈ ਸੀਗੀ। ਬਸ ਇਹੋ ਜਿਹੇ ਮੌਕੇ 'ਤੇ ਨਾ ਇੱਕ ਗੱਲ ਦਾ ਧਿਆਨ ਰੱਖੋ, ਪਤਾ ਨਹੀਂ ਹੁੰਦਾ ਕੋਈ ਗੱਡੀ ਵਾਲਾ ਨਾ ਇੱਕਦਮ ਲਾਈਨ 'ਚੋਂ ਖੜ੍ਹਾ ਖੜ੍ਹਾ ਬਾਹਰ ਆ ਜਾਵੇ। ਦੇਖ ਲਿਆ ਮੈਂ, ਜੇ ਕੋਈ ਇੱਕਦਮ ਗੱਡੀ ਵਾਲਾ ਹੋ ਜਾਵੇ ਬੰਦਾ ਕਿੱਧਰ ਨੂੰ ਜਾਊਗਾ ਨਾ। ਸੋ ਗੱਡੀਆਂ ਵਾਲੇ ਵੀ ਨੂੰ ਵੀ ਰਿਕੁਐਸਟ ਹੈ, ਕਦੇ ਟ੍ਰੈਫਿਕ 'ਚ ਖੜ੍ਹੇ ਹੋ ਕਦੇ ਬਾਹਰ ਕੱਢਣੀ ਆ ਗੱਡੀ ਤਾਂ ਮਗਰ ਦੇਖ ਕੇ। ਤੁਸੀਂ ਕਹੋਗੇ ਮੈਂ ਗਲਵ ਉਤਾਰ ਲਏ, ਟ੍ਰੈਫਿਕ ਦੇ ਵਿੱਚ ਕੰਟਰੋਲਿੰਗ ਨਹੀਂ ਸੀ ਹੋ ਰਹੀ ਤਾਂ ਕਰਕੇ ਫਿਰ ਮੈਂ ਗਲਵ ਉਤਾਰਤੇ ਸੀ। ਮੂਹਰੇ ਇੱਕ ਹੋਰ ਟਰੱਕ ਆ ਰਿਹਾ ਵਾ, ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਬਾਈਕ ਫਸਾਉਣੀ ਆ ਕਿਤੇ, ਇੱਥੇ ਫਸ ਜੂ। ਓਏ ਹੋਏ ਹੋਏ, ਟਰੱਕ ਹੀ ਟਰੱਕ, ਉੱਧਰੋਂ ਟ੍ਰੈਫਿਕ ਚੱਲ ਪਿਆ, ਹੁਣ ਟ੍ਰੈਫਿਕ ਆ ਰਿਹਾ ਉੱਧਰੋਂ। ਟ੍ਰੈਫਿਕ ਸਟਾਰਟ ਹੋਇਆ ਸੀਗਾ, ਉੱਥੇ ਪਹੁੰਚ ਗਏ ਸਾਡੇ ਬੰਦੇ ਵੀ, ਆਹ ਖੜ੍ਹੇ ਆ। ਅਤੇ ਆਹ ਜਗ੍ਹਾ 'ਤੇ ਨਾ ਇੱਧਰ ਮਿੱਟੀ ਪਈ ਆ, ਰੋਡ ਟੁੱਟੀ ਹੋਈ ਆ। ਅਤੇ ਬਸ ਮੰਨ ਲਓ ਕਿ ਹੁਣ ਆਹ ਖੜੀਆਂ ਨੇ, ਉਹ ਚੱਲ ਰਹੀਆਂ, ਉਹ ਖੜ੍ਹ ਜਾਣਗੀਆਂ, ਇਹ ਚੱਲ ਪੈਣਗੀਆਂ, ਮਤਲਬ ਗੱਡੀਆਂ ਇੰਨੀਆਂ ਚੱਲ ਨਹੀਂ ਰਹੀਆਂ, ਉਹਦੇ ਮਿੱਟੀ ਪਈ ਆ ਨਾ ਉਹਦੇ ਕਰਕੇ। ਉੱਧਰਲੇ ਪਾਸੇ ਰੋਡ ਟੁੱਟੀ ਹੋਈ ਆ, ਉਹ ਦੇਖੋ ਧਿਆਨ ਨਾਲ ਦੇਖੋ, ਰੋਡ ਟੁੱਟੀ ਹੋਈ ਆ ਤਾਂ ਕਰਕੇ ਇੱਕ ਇੱਕ ਕਰਕੇ ਗੱਡੀ ਹੀ ਨਿਕਲਦੀ ਆ। ਜਿੰਨਾ ਟ੍ਰੈਫਿਕ ਇੱਧਰ ਸੀਗਾ, ਕਿਲੋ 2 ਕਿਲੋਮੀਟਰ ਦਾ ਟ੍ਰੈਫਿਕ ਹੈਗਾ ਆਰਾਮ ਨਾਲ, 2 ਕਿਲੋਮੀਟਰ ਦਾ ਜ਼ਿਆਦਾ ਹੀ ਹੋਣਾ, ਜ਼ਿਆਦਾ ਸੀਗਾ 2 ਕਿਲੋਮੀਟਰ ਤੋਂ ਵੀ ਟ੍ਰੈਫਿਕ, 3-4 ਹਾਂ ਹੋਊਗਾ ਆਰਾਮ ਨਾਲ। ਅਤੇ ਚੱਲ ਆਪਣੇ ਕੋਲ ਤਾਂ ਬਾਈਕ ਸੀਗੀ, ਆਪਾਂ ਸਾਈਡ ਸਾਈਡ ਤੋਂ ਨਿਕਲੇ ਗੱਡੀ ਹੈ ਕੀ। ਹਾਂ ਵਾਓ, ਇਹ ਮੇਰੇ ਨਾਲ 6ਵੀਂ ਟਨਲ ਆ ਹੁਣ ਤੱਕ ਆਪਣੀ।
ਤੇ ਆ ਲੋਕ ਨਾ ਗੱਡੀਆਂ ਨੂੰ ਨਿਕਲ ਕੇ ਸਾਈਡ 'ਤੇ ਹੀ ਖੜ੍ਹ ਗਏ ਵਿਚਾਰੇ, ਥੱਕ ਗਏ। ਮੈਂ ਨਾ ਇਹੀ ਗੱਲ ਕਰ ਰਿਹਾ ਸੀ ਦੇਵ ਨਾਲ ਕਿ ਬਈ ਹਜੇ ਨਿਤਿਨ ਨਾ ਕਹਿੰਦਾ ਸੀਗਾ ਕਿ ਗੱਡੀ ਲੈ ਕੇ ਚੱਲਦੇ ਹਾਂ ਕਿ ਬਾਈਕਸ ਆਰ ਨੋਟ ਸੇਫ। ਮੈਂ ਕਿਹਾ ਮੈਂ ਜਾਣਾ ਤਾਂ ਬਾਈਕ 'ਤੇ ਜਾਣਾ, ਨਹੀਂ ਤਾਂ ਆਪਾਂ ਜਾਣਾ ਨਹੀਂ। ਅਤੇ ਮੈਂ ਕਿਹਾ ਹੁਣ ਮੈਂ ਆਪਣਾ ਦੇਵ ਨਾਲ ਗੱਲ ਕਰਦਾ ਸੀ, ਮੈਂ ਜੇ ਗੱਡੀ 'ਚ ਆਏ ਹੁੰਦੇ, ਮੈਂ ਕਿਹਾ ਅੱਜ ਦੇ ਹੋਟਲ ਦੇ ਪੈਸੇ ਦਿੱਤੇ ਬੇਕਾਰ ਜਾਣੇ ਸੀਗੇ ਕਿ ਆਪਾਂ ਤਾਂ ਅੱਜ ਤਾਂ ਪਹੁੰਚ ਨਹੀਂ ਸੀ ਸਕਦੇ, ਕੱਲ੍ਹ ਹੀ ਪਹੁੰਚਣਾ ਸੀ। ਬਸਾਂ ਤਾਂ ਰੋੜੇ ਆ, ਬੰਦੇ ਵਧੀਆ ਜਿਹੜੇ ਟ੍ਰੈਫਿਕ ਕੰਟਰੋਲ ਕਰਾ ਰਹੇ ਆ। ਮੈਂ ਤਾਂ ਐਂ ਬਸ ਉਹ ਟਨਲ ਦੇ ਵਿੱਚ ਜਾਣਾ, ਟਨਲ ਦੇ ਵਿੱਚ ਇੱਕ ਠੰਡ ਜ਼ਿਆਦਾ ਹੁੰਦੀ ਆ, ਉੱਥੇ ਮੈਂ ਗਲਵ ਉਤਾਰੇ ਹੋਏ ਸੀ, ਪਰ ਇਹ ਟਨਲ ਸੋਹਣੀ ਆ ਬਾਕੀ ਟਨਲਾਂ ਨਾਲੋਂ। ਕਰੀਏ ਗਏ ਡਾਊਨ, ਠੰਡ ਲੱਗ ਰਹੀ ਆ ਸਾਨੂੰ ਸੱਚ। ਇੱਕ ਪੰਗਾ ਹੋਰ ਆ, ਉਹ ਜਿਹੜਾ ਮਾਈਕ ਦੇ ਉੱਪਰ ਕਾਲੀ ਜਿਹੀ ਗੁੱਦ ਹੁੰਦੀ ਆ ਨਾ, ਉਹ ਜਿਹਦੇ ਨਾਲ ਹਵਾ ਦੀ ਆਵਾਜ਼ ਘੱਟਦੀ ਹੁੰਦੀ ਆ, ਉਹ ਮਾਈਕ ਤੋਂ ਲੈ ਕੇ ਡੈਗੀ ਯਾਰ। ਅਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਆਵਾਜ਼ ਕਿੱਦਾਂ ਦੀ ਆ ਰਹੀ, ਉਹ ਤੁਹਾਨੂੰ ਕਿਵੇਂ ਸੁਣਦਾ ਹੋਊ। ਵੀਡੀਓ ਤਾਂ ਮੈਂ ਬਣਾਈ ਜਾਂਦਾ, ਇਹ ਤਾਂ ਮੈਂ ਸੋਚਿਆ ਹੀ ਨਹੀਂ ਕਿ ਉਹ ਡਿੱਗੀ ਹੋਈ ਆ। ਉਹ ਪਤਾ ਨਹੀਂ ਹੁਣ ਕੈਚੀ ਆਵਾਜ਼ ਆਉਂਦੀ, ਉਹ ਥੋੜ੍ਹਾ ਕੰਪਰੋਮਾਈਜ਼ ਕਰ ਲਿਓ ਯਾਰ। ਪਹਿਲਾਂ ਨਹੀਂ ਸੀ ਡਿੱਗੀ, ਰਾਹ ਦੇ ਵਿੱਚ ਕਿਤੇ ਡਿੱਗ ਡੁੱਗ ਗਈ, ਉਹ ਢਿੱਲੀ ਸੀਗੀ। ਉਦੋਂ ਜੀ ਸੋਚਿਆ ਸੀਗਾ ਮਾੜੀ ਜਿਹੀ ਸੇਫਟੀ ਲੈ ਕੇ ਜੋੜ ਦਈਏ, ਫਿਰ ਭੁੱਲ ਭੁੱਲ ਗਏ। ਅੱਜ ਟਨਲ ਦੇ ਵਿੱਚ ਹਜੇ ਟਨਲ ਐਂਡ ਹੋਈ ਆ, ਅਤੇ ਤੁਹਾਨੂੰ ਕੈਮਰੇ ਦੇਖਣ ਬਾਅਦ ਰੁਕੂਗਾ ਕਿਉਂਕਿ ਉਹ ਪੂਰੇ ਲੈਟ ਆ ਗਈ। ਆਹ ਟਨਲ ਖਤਮ ਹੁੰਦੇ ਸਾਰੀ ਦੂਜੀ ਟਨਲ ਨਾਲ ਹੀ ਸਟਾਰਟ। ਵਾਓ, ਆ ਲਓ ਦੂਜੀ ਟਨਲ, ਸੋਹਣੀਆਂ ਸੋਹਣੀਆਂ ਟਨਲਾਂ, ਇੱਕ ਉਹ ਦੇ ਟਨਲ ਨੰਬਰ 12। ਪਰ ਆਪਾਂ ਤਾਂ 6ਵੀਂ 7ਵੀਂ 'ਚ ਆਏ ਸੀਗੇ, ਚਲੋ ਬੈਚ ਥੋੜ੍ਹੀਆਂ ਬੰਦ ਹੋਣੀਆਂ ਅਜੇ। ਪਹਿਲਾਂ ਇੱਕ ਟਨਲ ਨਿਕਲੇ ਨਾਲ ਹੀ ਦੂਜੀ, ਕਿੰਨੇ ਕਿਲੋਮੀਟਰ ਸੇਵ ਹੋ ਰਹੇ ਆ, ਟਾਈਮ ਦੀ ਪਤਾ ਕਿੰਨੀ ਬੱਚਤ ਹੋ ਰਹੀ ਆ। ਆਪਾਂ ਤਾਂ ਐ ਪਹੁੰਚ ਜਾਣਾ ਮਨਾਲੀ, ਆਲਮੋਸਟ ਪਹੁੰਚਣ ਵਾਲੀ ਹੋਵਾਂਗੇ, 50-60 ਕਿਲੋਮੀਟਰ ਹੋਣਾ ਵਾ, ਹੁਣ ਤਾਂ ਜ਼ਿਆਦਾ ਨਹੀਂ ਹੋਣਾ, ਕਾਫੀ ਜ਼ਿਆਦਾ ਅਸੀਂ ਕਵਰ ਕਰ ਲਿਆ ਜੀ ਪਹਿਲਾਂ ਹੀ। ਤੂੰ ਥੱਲੇ ਆਉਣਾ, ਤੂੰ ਆਉਣਾ ਥੱਲੇ ਨਾਲ ਨਾਲ ਜਾਣਾ, ਫਿਰ ਜੇ ਤੂੰ ਆਉਣਾ ਤਾਂ ਮੂਹਰੇ ਚੱਲ ਮਗਰ ਨਾ ਹੀ ਸਾਡੇ ਬਈ। ਜਿਹੜੇ ਰਾਹ ਤੋਂ ਅਸੀਂ ਹਰ ਵਾਰ ਜਾਂਦੇ ਹੁੰਦੇ ਹਾਂ ਥੱਲੇ, ਉਹ ਰਸਤਾ ਐਕਚੁਅਲੀ ਉੱਤੇ ਲੁੱਕ ਪੈ ਰਹੀ ਸੀ, ਅਸੀਂ ਰੋਂਗ ਸਾਈਡ ਸੀਗੇ, ਫਿਰ ਕੱਟ ਨਹੀਂ ਮਿਲਿਆ, ਅਤੇ ਹੁਣ ਅਸੀਂ ਹੋਰ ਰਸਤਾ ਲੱਭਦੇ ਫਿਰਦੇ ਹਾਂ। ਇੱਧਰ ਵੀ ਆਫ ਰੋਡਿੰਗ ਕਰ ਰਹੇ ਹਾਂ, ਵਧੀਆ ਲੱਗ ਰਿਹਾ। ਵਾਪਸੀ ਟਾਈਮ ਉਸ ਤੋਂ ਵੀ ਜ਼ਿਆਦਾ, ਕਿਉਂਕਿ ਹੁਣ ਜਿੰਨੀ ਸਿੱਧੀ ਥੱਲੇ ਢਲਾਣ ਆ ਉੱਨੀ ਵਾਪਸੀ ਟਾਈਮ ਚੜ੍ਹਾਈ, ਉੱਨੀ ਵਾਪਸੀ ਟਾਈਮ ਚੜ੍ਹਾਈ ਹੋਣੀ ਆ, ਵਧੀਆ ਮਜ਼ਾ ਆਊਗਾ। ਮੈਂ ਸੋਚਣਾ ਥੱਲੇ ਜਾਣ ਦਾ ਰਸਤਾ ਇੱਥੋਂ ਹੈ ਨਹੀਂ, ਮੈਂ ਵੀ ਉਹੀ ਦੇਖ ਰਿਹਾ ਕੀ ਲੱਗਦਾ। ਰਹਿਣ ਦੇ, ਚੱਲ ਸਿੱਧੀ ਚੜ੍ਹਾਈ ਹੈ, ਚੜ੍ਹਨੀ ਨਹੀਂ ਬਾਅਦ ਚੋਂ। ਬਹੁਤ ਸਿੱਧੀ ਚੜ੍ਹਾਈ ਹੈ, ਸਾਰੇ ਹੀ ਗਾਰਾ ਵਾ, ਰਹਿਣ ਦੇ ਰਿਸਕ ਲੈਣ ਨੂੰ, ਰਿਸਕ ਲੈਣ ਨੂੰ ਰਹਿਣ ਦੇ, ਮੇਰੀ ਗੱਲ ਸੁਣ, ਗਾਰਾ ਵਾ, ਸਿੱਧੀ ਚੜ੍ਹਾਈ ਆ। ਹੋਏ
ਉੱਤਰ ਤੇ ਲੈਣੀ, ਚੜ੍ਹਨ ਲੱਗੇ ਮਾਰੇ ਦੇ ਵਿੱਚ ਸਲਿਪਿੰਗ ਹੋਣ ਲੱਗ ਗਈ, ਇੱਧਰ ਉੱਧਰ ਨੂੰ ਡਿੱਗ ਸਕਦੀ ਆ। ਬੈਕ ਕਰਾਓ, ਐ ਨੀ ਪਹਿਲਾਂ ਪਰੇ ਕਰਾਓ, ਫਿਰ ਮੈਨੂੰ ਤਾਂ ਡਰ ਹੀ ਲੱਗ ਰਿਹਾ। ਨਿਤਿਨ ਉਹਦੇ ਕੋਲ ਹੋ ਜਾ, ਪੱਤਰ ਪੁੱਤਰ ਹੀ ਪਰੇ ਕਰਦਿਆ ਕਰੋ। ਘੁਮਾਉਣਾ ਹੁਣ, ਬੈਕ ਕਰਾਓ, ਬੈਕ ਖਿੱਚੋ, ਬੈਕ ਖਿੱਚੋ, ਸਾਰੇ ਟਾਇਰਾਂ ਨੂੰ ਗਾੜਾ ਹੀ ਗਾੜਾ ਹੋ ਗਿਆ। ਦੇਵ ਮੈਂ ਕਹਿੰਦਾ ਪੈਦਲ ਆ, ਕਿਉਂਕਿ ਗਾੜਾ ਵਾ, ਟਾਇਰ ਸਲਿਪ ਕਰਨਗੇ। ਸਹੀ ਗੱਲ ਆ, ਸਲਿਪਿੰਗ ਹੋ ਰਹੀ। ਕਹਿੰਦੇ ਹੁੰਦੇ ਨਵੇਂ ਐਡਵੈਂਚਰਸ ਥਿੰਗਸ ਮਹਿੰਗੀਆਂ ਵੀ ਪੈਦਾ ਦਿੰਦੀਆਂ, ਇਹ ਉਹ ਸਿਸਟਮ ਆ। ਪੈਰਾਂ ਨੂੰ ਵੀ ਗਾਰਾ ਹੀ ਗਾਰਾ ਲੱਗ ਗਿਆ, ਮਗਰਲਾ ਟਾਇਰ ਇੰਨਾ ਸਲਿਪ ਕਰ ਰਿਹਾ ਵਾ, ਇੱਧਰ ਉੱਧਰ ਨੂੰ ਘੁੰਮ ਰਿਹਾ, ਕਿਉਂਕਿ ਸਾਰੇ ਨੂੰ ਗਾਰਾ ਹੀ ਗਾਰਾ ਹੋ ਚੁੱਕਿਆ ਵਾ। ਐਂਡ ਆਈ ਡੋਂਟ ਨੋ ਕਿ ਦੂਜੀ ਵਾਲੀ ਬਾਈਕ ਕਿਵੇਂ, ਕਿਉਂਕਿ ਉਹਦਾ ਡਰਾਈਵਰ ਬਹੁਤ ਜ਼ਿਆਦਾ ਤਕੜੇ ਆ। ਆਈ ਥਿੰਕ ਇੱਕ ਵਾਰੀ ਖੜਾ ਕੇ ਮੈਨੂੰ ਜਾਣਾ ਚਾਹੀਦਾ, ਐਟ ਦੀ ਐਂਡ ਪਾਰਟਨਰਸ ਆ ਯਾਰ, ਵੀ ਕਾਂਟ ਲੀਵ ਦੈਮ। ਉਹ ਮਿੱਟੀ ਮਿੱਟੀ ਕਰਕੇ ਆ ਗਿਆ ਮੈਂ ਤਾਂ, ਮਗਰ ਤੁਹਾਨੂੰ ਦਿਖਾਉਂਦਾ ਇੱਕ ਮਿੰਟ, ਇੱਧਰ ਦੇਖੋ ਸਾਰੇ ਮਿੱਟੀ ਮਿੱਟੀ, ਮਤਲਬ ਗਾਰਾ ਹੀ ਗਾਰਾ, ਮਗਰ ਦੇ ਟਾਇਰ 'ਚ ਗਾਰਾ ਹੀ ਗਾਰਾ। ਠੀਕ ਆ, ਇੱਧਰ ਦੇਖੋ ਸਾਰੇ, ਮਤਲਬ ਬੈਟਰੀ ਗਾਰਾ ਲੱਗਿਆ, ਮੂਹਰੇ ਵਾਲਾ ਟਾਇਰ ਸਾਰੇ ਹੀ ਭਰ ਗਿਆ। ਮੈਨੂੰ ਪਤਾ ਸੀ ਉਹਨਾਂ ਤੋਂ ਨਹੀਂ ਹੋਣਾ, ਤਾਂ ਹੀ ਮੈਂ ਆਇਆ ਉਹਦੇ ਖੜੇ ਆ। ਹਜੇ ਤੱਕ ਉਹਨਾਂ ਤੋਂ ਕੁਛ ਨਹੀਂ ਹੋ ਰਿਹਾ। ਓਏ ਓਏ ਓਏ, ਮੇਰੇ ਪੈਰ ਨਹੀਂ ਰੋਕਦੇ ਪਏ, ਛੂਈ ਪੰਜੀ ਚੱਲ ਆ ਗਿਆ, ਅੱਗਿਓਂ ਮੋੜ ਕੇ ਲੈ ਕੇ ਆਇਆ, ਹਾਫ ਕਲੱਚ ਤਾਂ ਨਾ ਲੈ ਕੇ ਆਈ, ਜਾਣ ਦੇ ਕਲੱਚ ਪੂਰੇ ਛੱਡ, ਕਲੱਚ ਪੂਰੇ ਛੱਡ ਦੇ, ਕੀ ਬਈ ਮਨਾਲੀ ਪਹਿਲਾਂ ਨਾਲੋਂ ਇੰਨਾ ਜ਼ਿਆਦਾ ਚੇਂਜ ਹੋ ਚੁੱਕਿਆ। ਮੈਂ ਤੁਹਾਨੂੰ ਇੱਕ ਮਿੰਟ ਕੈਮਰਾ ਉੱਪਰ ਨੂੰ ਕਹਿੰਦਾ, ਹਾਂ ਇੱਧਰ ਦੇਖੋ, ਆਹ ਪਹਿਲਾਂ ਇੰਨੇ ਪੱਥਰ ਵਗੈਰਾ ਕੁਛ ਨਹੀਂ ਸੀ ਹੁੰਦੇ, ਆਹ ਜਦੋਂ ਫਲੱਡ ਵਗੈਰਾ ਆਇਆ ਉਦੋਂ ਆਏ ਆ, ਉਹ ਸਾਰੇ ਦਰੱਖਤਾਂ ਦੇ ਵਿੱਚ ਵੀ ਪੱਥਰ ਹੀ ਪੱਥਰ ਹੋਏ ਪਏ ਆ। ਫਲੱਡ ਤੋਂ ਬਾਅਦ ਮੈਂ ਪਹਿਲੀ ਵਾਰ ਆ ਰਿਹਾ, ਉਹ ਹੋਟ ਏਅਰ ਬਲੂਨ ਜਿਹਾ, ਜਿਹੜਾ ਹੋਟ ਏਅਰ ਬਲੂਨ ਜਿਹਾ ਹੁੰਦਾ, ਪਰ ਆਹ ਪੱਥਰ ਦੇਖੋ ਕਿੱਡੇ ਕਿੱਡੇ ਆਏ ਹੋਏ ਆ, ਉਹ ਸਾਰੇ ਦਰੱਖਤ ਪੱਥਰਾਂ ਨਾਲ ਹੀ ਭਰਤੇ। ਕਿੰਨਾ ਨੁਕਸਾਨ ਹੋਇਆ ਹੋਊਗਾ, ਬਹੁਤ
ਥਾਵਾਂ ਤੋਂ ਕਈ ਵਾਰ ਤਾਂ ਨਾ ਅੱਧੇ ਦੀ ਥਾਂ ਸੜਕ ਵਿੱਚੋਂ ਡਿੱਗੀ ਪਈ ਆ। ਚਲੋ ਬਾਬਾ ਮਿਹਰ ਕਰੇ ਸੜਕ ਬਚਾ ਹੋ ਗਿਆ ਫਿਰ ਵੀ, ਚਲੋ ਹੋਇਆ ਤਾਂ ਬਹੁਤ ਬਸ ਪਈ ਆ ਇੱਕ ਪੂਰੀ ਦੀ ਪੂਰੀ, ਉਹਦੇ ਗੋਪਰੋ ਜਿੰਦੀ ਨਾ ਦਿਖੇ ਬਸ ਪਈ ਆ। ਦੇਖੀ ਦੇਵ ਬਸ ਦਿਖੀ ਉਹ ਵਿੱਚ, ਬਸ ਸਾਰੀ ਕਬਾੜ ਬਣੀ ਪਈ, ਬੁਰਾ ਹਾਲ ਆ ਭਰਾਵਾ। ਤੂੰ ਜਾ ਜਿਵੇਂ ਮਰਜ਼ੀ ਆ, ਇਹਦੀ ਥਾਵਾਂ 'ਤੇ ਖਤਰਾ ਤਾਂ ਬਹੁਤ ਆ। ਮੈਂ ਜਿਵੇਂ ਕਹਿੰਦਾ ਸੀ ਨਾ ਵਿੱਚੋਂ ਵਿੱਚੋਂ ਕਈ ਥਾਵਾਂ 'ਤੇ ਸੜਕ ਹੀ ਗਾਇਬ ਆ, ਆਹ ਸਾਰੀ ਸੜਕ ਗਾਇਬ ਹੋਈ ਆ। ਅਰੇ ਇੱਥੋਂ ਵੀ ਰਿਪੇਅਰਿੰਗ ਤਾਂ ਹੋ ਚੁੱਕੀ ਆ, ਕਿੱਥੇ ਟੂ ਲੇਨ ਸੀ ਹੁਣ ਸਿੰਗਲ ਲੇਨ ਹੋਈ ਹੋਈ ਆ, ਉਹਦੇ ਸਾਰੀ ਡਿੱਗੀ ਹੋਈ ਆ। ਬਸ ਆਪਾਂ ਮਨਾਲੀ ਪਹੁੰਚ ਗਏ, ਆਲਮੋਸਟ ਪੰਜ ਛੇ ਕਿਲੋਮੀਟਰ ਰਹਿ ਗਿਆ ਹੋਣਾ, ਅਤੇ ਆਪਣੀ ਮਿਸ਼ਨ ਆ ਦੂਜੀ ਬਾਈਕ ਤਾਂ ਆਲਮੋਸਟ ਹੋਟਲ ਹੋਣੀ ਆ। ਮੈਨੂੰ ਵਾਸ਼ਰੂਮ ਵਗੈਰਾ ਜਿਹਾ ਆ ਗਿਆ ਸੀ, ਮੈਂ ਰਾਹ 'ਚ ਰੁਕ ਗਿਆ, ਫਿਰ ਮੈਂ ਕੋਕਾ ਵੀ ਪੀ ਲਿਆ ਤਾਂ ਕਰਕੇ ਟਾਈਮ ਲੱਗ ਗਿਆ। ਆਹ ਮਨਾਲੀ ਵਾਲਾ ਟੋਲ ਜਿਹਾ ਆ ਗਿਆ, ਬਾਈਕ ਤਾਂ ਇਹਨਾਂ ਨੇ ਸਿੱਧੀ ਕੱਢ ਦੇਣੀ, ਕਿਉਂ ਬਾਈਕ 'ਚ ਟੋਲ ਨਹੀਂ, ਬਾਈਕ ਸਿੱਧੀ ਕੱਢ ਦੇਣੀ ਆ। ਇਹ ਕੀ ਹਿਸਾਬ ਕੀਤਾ ਇਹਨਾਂ ਨੇ, ਪਹਿਲਾਂ ਨਾ ਬਾਈਕ ਦੀ ਪਰਚੀ ਨਹੀਂ ਸੀ ਹੁੰਦੀ, ਇਹ ਇਹਨਾਂ ਨੇ ਕਿੱਧਰ ਫਸਾਤੀ। ਪਹਿਲਾਂ ਨਾ ਬਾਈਕ ਦੀ ਪਰਚੀ ਨਹੀਂ ਸੀ ਹੁੰਦੀ, ਪੁਲਿਸ ਵਾਲੀ ਫੁੱਦੂ ਸੀ। ਚੱਲ ਕਿਉਂ ਕਿਸੇ ਨੂੰ ਮਾੜਾ ਕਹਿਣਾ, ਪਰ ਸੀ ਵੈਸੇ ਕਰਨ ਜਾਇਜ਼ ਹੀ ਗਿਆ। ਟੋਲ ਵਾਲੇ ਕਹਿੰਦੇ ਜਾਓ, ਹੁਣ ਸਪੈਸ਼ਲ ਇੱਧਰ ਭੇਜਿਆ ਗਿਆ ਪਰਚੀ ਕਟਾਓ। ਵਾਹ ਵਾਟਰ ਰਾਈਮਿੰਗ, ਵਾਹ ਦੇਖੋ ਕਿੰਨਾ ਨੁਕਸਾਨ ਹੋਇਆ ਹੋਇਆ, ਕੈਮਰਾ ਉੱਪਰ ਹੀ ਕਰਨਾ ਬਾਈਕ ਤੁਸੀਂ ਕੀ ਦੇਖਣੀ ਆਲਾ ਦੁਆਲਾ ਦੇਖੋ, ਆਹ ਦੇਖੋ ਕਿੰਨਾ ਪਾੜ ਪਿਆ ਪਿਆ ਹੋਏ, ਪੱਥਰ ਦੇ ਕਿੱਧਰ ਆਏ ਹੋਏ ਆ। ਦੇਵ ਦੇਖ ਰਿਹਾ ਸੜਕ ਹੁਣ ਆਇਆ, ਉਦੋਂ ਜਦੋਂ ਫਲੱਡ ਆਇਆ ਦੇਖ ਪੱਥਰ, ਇੱਧਰ ਦੇਖ ਪੱਥਰ ਕਿੱਥੇ ਆਏ ਹੋਏ ਆ। ਉਹ ਬੱਸ ਦੇਖ ਉਹ ਵਾਲੀ ਬਈ ਯਾਰ, ਉੱਧਰ ਦੇਖ ਉਹ ਪੱਥਰ ਕਿੱਡਾ ਵਾ। ਬੱਸ ਦਾ ਮੈਂ ਪਹਿਲਾਂ ਹੀ ਦੇਖ ਲਈ ਸੀ, ਵਿਚਾਰੀ ਦਾ ਕੀ ਬਣਿਆ ਪਿਆ। ਇੱਥੋਂ ਜੇ ਪੱਥਰ ਦਿਖਿਆ ਨਾ ਤੁਹਾਨੂੰ, ਪੱਥਰ ਦਿਖਾਉਣਾ, ਉਹ ਬਹੁਤ ਵੱਡਾ ਜਿਹੜਾ ਇੱਕ ਪੱਥਰ, ਉਹ ਮਗਰ ਕਿੱਡਾ ਪੱਥਰ ਹੋਵੇ, ਪਹਾੜੀ ਆਇਆ ਹੋਇਆ ਕੱਟ ਕੇ। ਨਾ ਆਪਣੀ ਬੋਡੀ ਨੂੰ ਡੀਹਾਈਡਰੇਟ ਨਹੀਂ ਹੋਣ ਦੇਵੇ, ਹਮੇਸ਼ਾ ਹਾਈਡਰੇਟਡ ਰੱਖੇ, ਕੋਈ ਨਾ ਕੋਈ ਪੀਂਦੇ ਰਹੇ। ਕੋਕ ਵਗੈਰਾ ਵੈਸੇ ਹਾਈਡਰੇਸ਼ਨ ਲਈ ਇੰਨੀ ਕਾਮਯਾਬ ਨਹੀਂ, ਇਹਦਾ ਇਹਦੀ ਸ਼ੂਗਰ ਜ਼ਿਆਦਾ ਹੁੰਦੀ ਆ ਤਾਂ ਹੋਰ ਡੀਹਾਈਡਰੇਟ ਕਰ ਦੂ ਬਾਅਦ 'ਚੋਂ। ਅਤੇ ਬਟ ਮਤਲਬ ਪਾਣੀ ਵਗੈਰਾ ਪੀਂਦੇ ਰਹੇ, ਪਾਣੀ ਦੀ ਬੋਤਲਾਂ ਵਗੈਰਾ ਕੋਲ ਰੱਖੇ ਅਤੇ ਪੀਂਦੇ ਰਹੇ। ਬਾਏ ਉਹ ਇੰਨਾ ਮਸਕ ਕੂੜੇ ਦਾ ਢੇਰ ਸੀਗਾ, ਅਤੇ ਪਾਣੀ ਵਗੈਰਾ ਪੀਂਦੇ ਰਹੇ। ਉਦੋਂ ਫਿਰ ਮੈਂ ਵਾਸ਼ਰੂਮ ਵਗੈਰਾ ਕਰਕੇ ਕੋਕਾ ਪੀਣ ਲੱਗ ਕੇ ਰੁਕ ਗਿਆ। ਮੈਂ ਉਹਨਾਂ ਨੂੰ ਫੋਨ ਕਰ ਦੇਵਾਂ ਕਿ ਤੁਸੀਂ ਨਾ ਰੁਕੇ, ਤੁਸੀਂ ਚੱਲੀ ਚਲੋ, ਕਿ ਆਪਣਾ ਹੋਟਲ ਦਾ ਆਪਣੇ ਯਾਰ ਮਿੱਤਰ ਦਾ ਹੀ ਆ, ਉੱਥੇ ਹੀ ਜਾਣਾ ਵਾ। ਅਤੇ ਉਸ ਤੋਂ ਬਾਅਦ ਉਹ ਮੈਂ ਕਿਹਾ ਤੁਸੀਂ ਉੱਥੇ ਆਪਣਾ ਰੂਮ ਪਹੁੰਚੋ, ਰੂਮ 'ਤੇ ਪਹੁੰਚ ਕੇ ਮੈਨੂੰ ਲੋਕੇਸ਼ਨ ਭੇਜ ਦਿਓ, ਜਦੋਂ ਲੋਕੇਸ਼ਨ ਭੇਜ ਦਿਓਗੇ ਤਾਂ ਆਪਾਂ ਆ ਜਾਵਾਂਗੇ। ਉਹ ਵੀ ਪਹੁੰਚਣ ਵਾਲੇ ਹੋਣੇ ਆ, ਉਹ ਮਤਲਬ ਕਿ ਮਨਾਲੀ ਐਂਟਰ ਕਰਕੇ ਮੌਲ ਰੋਡ ਦੇ ਨੇੜੇ ਤੇਰੇ ਉੱਥੇ ਹੋਣਗੇ, ਹੋਟਲ ਦੇ ਨੇੜੇ ਤੇਰੇ। ਮੈਂ ਬਸ ਮਨਾਲੀ ਤੋਂ ਦੋ ਕੁ ਮੌਲ ਰੋਡ ਤੋਂ 2 ਕਿਲੋਮੀਟਰ ਪਿੱਛੇ ਆ, ਹੋਰ ਕੁਛ ਨਹੀਂ।
ਆਲਮੋਸਟ ਆਪਾਂ ਮਨਾਲੀ ਐਂਟਰ ਕਰ ਗਏ। ਮੈਨੂੰ ਨਹੀਂ ਪਤਾ ਕਿ ਆਪਣਾ ਗੋਪਰੋ ਦੇ ਕਿੰਨਾ ਕੁ ਨਹੀਂ ਆਊਗਾ, ਪਰ ਸਾਹਮਣੇ ਪਹਾੜਾਂ 'ਤੇ ਬਰਫ਼ ਦੇਖੋ ਕਿੰਨੀ ਆ। ਇਹ ਮਨਾਲੀ 'ਤੇ ਤਾਂ ਇਸ ਵਕਤ ਕੁਛ ਨਹੀਂ ਮਿਲ ਰਿਹਾ ਮੈਨੂੰ। ਕਹਿੰਦੇ ਤੇ ਕੱਲ੍ਹ ਰਾਤ ਮੀਂਹ ਬਹੁਤ ਪਿਆ ਵਾ ਅਤੇ ਰਾਤ ਨੂੰ -5-6 ਤੱਕ ਟੈਂਪਰੇਚਰ ਰਹੂਗਾ, ਬਟ ਸਨੋਅ ਨਹੀਂ ਦੇਖੀ ਮੈਨੂੰ। ਇੱਦਾਂ ਸੀਗਾ ਕਿ ਦਸੰਬਰ 'ਚ ਆਏ ਹਾਂ ਤਾਂ ਸਨੋਫਾਲ ਵਗੈਰਾ ਦੇਖਣ ਨੂੰ ਮਿਲ ਜੂਗੀ, ਬਟ ਦੇਖਣ ਨੂੰ ਮਿਲ ਨਹੀਂ ਰਹੀ ਯਾਰ, ਪਤਾ ਨਹੀਂ ਕਾਹਤੋਂ। ਚਲੋ ਦੇਖਦੇ ਹਾਂ ਕੀ ਬਣਦਾ ਜੁੜਦਾ ਹੈ ਮਿੱਤਰਾ। ਮੈਨੂੰ ਮਾਂ ਗੁੱਟਰੂ ਲਾ ਪਤਾ ਨਹੀਂ ਕਿਤੇ। ਅੱਛਾ ਬੱਸ ਸਟੈਂਡ ਦੇ ਵਾਲਾ ਏਰੀਆ ਆ ਗਿਆ। ਅਤੇ ਬਈ ਆਪਾਂ ਆਪਣੇ ਮਨਾਲੀ ਰੂਮ 'ਚ ਪਹੁੰਚ ਚੁੱਕੇ ਹਾਂ। ਇਹ ਆਪਣਾ ਰੂਮ ਆ, ਹੁਣ ਦੇਖ ਲਓ ਮਗੇ ਦੇਖਣ ਯੋਗੀ ਹਾਲਤ ਨਹੀਂ ਰਹਿਣੀ ਅਸੀਂ ਸਾਰੇ ਬਸ ਸਮਾਨ ਹੀ ਸਮਾਨ ਕਰ ਦੇਣਾ। ਆਪਣਾ ਵਾਸ਼ਰੂਮ ਵਗੈਰਾ ਪ੍ਰੋਪਰ ਤੁਹਾਨੂੰ ਕੀ ਕਹਿੰਦੇ ਹੁੰਦੇ ਆ ਰੂਮ ਟੂਰ ਦੇਵਾਂਗੇ ਚੰਗੀ ਤਰ੍ਹਾਂ। ਦੇਖ ਲਓ 12 ਇੰਚੀ ਗੱਦਾ, ਉਹਦਾ ਊਂ ਟੜ ਗਾ। ਮੈਂ ਤਾਂ ਚੜਾ ਉਹਦਾ ਅਲੱਗ ਮੰਨ ਲਿਆ, ਭਾਵੇਂ ਗੱਦਾ ਮਾੜਾ ਵਾ ਪਰ ਕੋਈ ਨਹੀਂ ਐਡਜਸਟ ਕਰ ਲਾਂਗੇ। ਆਹ ਲੋਬੀ ਹੋ ਗਏ, ਬਹੁਤ ਖਾਧਾ ਪੀਤਾ, ਇੰਨੀ ਭੁੱਖ ਲੱਗੀ ਗਈ ਰੂਮ 'ਚ ਆ ਕੇ ਕਿ ਸਾਨੂੰ ਵੀ ਨਹੀਂ ਪਤਾ ਸੀ ਕੀ ਕੁਛ ਖਾਧਾ। ਅਤੇ 500-600 ਰੁਪਏ ਦੇ ਮੋਮੋਸ ਹੀ ਖਾਧੇ, ਅਜੇ ਵੀ ਖਾਣ ਦੇ ਮੈਂ ਖਾਣ ਦੀ ਗੱਲ ਕਰਦਾ ਸੀ। ਅਤੇ ਮੈਂ ਤਾਂ ਹੁਣ ਗੇੜਾ ਗੂੜਾ ਜਿਹਾ ਕੱਢ ਲਈਏ, ਮਾਰਕੀਟ ਦਾ ਮਾਹੌਲ ਚਾਲ ਦੇਖ ਲਈਏ ਅਤੇ ਫਿਰ ਦੇਖਾਂਗੇ ਕੀ ਬਣਦਾ ਜੁੜਦਾ। ਟਾਈਮ ਕਿੰਨਾ ਹੋਇਆ ਵੈਸੇ ਬਾਈ? ਟੈਂਪਰੇਚਰ ਤਾਂ 3-5-32, ਰਾਤ ਨੂੰ ਜਾਊ ਬਾਈ ਮਾਈਨਸ। ਬਸ ਸਨੋਫਾਲ ਹੋ ਜਾਣਾ ਇੱਕ ਵਾਰੀ, ਨਜ਼ਾਰੇ ਹੀ ਆ ਜਾਊ, ਆਉਣਾ ਵਰਥ ਹੋ ਜੂ ਹੈ ਨਾ। ਨਾ ਰਾਤ ਨੂੰ 11-12 ਵਜੇ ਤੱਕ ਆਪਾਂ ਇੱਥੇ ਘੁੰਮਣਾ, ਨਜ਼ਾਰਾ ਵੱਖਰਾ। ਅਤੇ ਬਾਈ ਰਾਤ 8:40 ਹੋ ਗਏ ਅਤੇ ਅਸੀਂ ਤਾਂ ਤਿਆਰ ਹੋਏ ਸੀਗੇ ਮਾੜਾ ਜਿਹਾ ਮਾਲ ਰੋਡ 'ਤੇ ਜਾਣਾ ਸੀਗਾ ਸਮਾਨ ਲੈਣ, ਪਰ ਆਪਣੇ ਹੋਟਲ ਤੁਹਾਨੂੰ ਦੱਸਿਆ ਸੀਗਾ ਆਪਣੇ ਖਾਸ ਭਰਾ ਦਾ ਹੀ ਆ, ਉਹਨਾਂ ਨੇ ਬੈਠੇ ਬੈਠੇ ਨੂੰ ਸਮਾਨ ਅਰੇਂਜ ਕਰਾਤਾ ਅਤੇ ਅਸੀਂ ਤਾਂ ਹੁਣ ਉਹ ਵੀ ਵਾਪਸ ਚੱਲੇ ਰੂਮ 'ਚ। ਰੂਮ ਦੇ ਵਿੱਚ ਜਾ ਕੇ ਵੀਡੀਓ ਤਾਂ ਬਣਾ ਨਹੀਂ ਸਕਦੇ, ਉਹ ਸਾਰੇ ਜਾਣੇ ਬੈਠੇ ਆ। ਅਤੇ ਬਸ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ। ਕੱਲ੍ਹ ਨੂੰ ਮੈਂ ਤੁਹਾਨੂੰ ਦੱਸਿਆ ਹੋਟਲ ਆਪਣੇ ਭਰਾ ਦਾ ਹੀ ਆ ਤਾਂ ਲੋਕਲ ਨੇ ਉਹ, ਤਾਂ ਉਹ ਆਪਾਂ ਉਹਨਾਂ ਨੂੰ ਪੁੱਛਾਂਗੇ ਘੈਂਟ ਘੈਂਟ ਦਾ ਵਾ, ਕਿਉਂਕਿ ਲਾਹੌਰ ਤੱਕ ਜਿਵੇਂ ਕਿ ਸਲਾਂਗ ਵੈਲੀ ਵਗੈਰਾ ਜਾਂ ਬਤੋ ਦੇ ਟੋਲਟਨ ਤੱਕ ਜਾਣ ਦਿੰਦੇ ਹੋਣਗੇ, ਬਟ ਆਪਾਂ ਇੱਥੇ ਕੁਛ ਲੋਕਲ ਘੁੰਮਾਂਗੇ, ਪੁੱਛਾਂਗੇ ਕਿੱਥੇ ਜਾਣਾ ਕਿੱਥੇ ਨਹੀਂ। ਅਤੇ ਮੰਨ ਲਓ ਕੱਲ੍ਹ ਦਾ ਵਲੋਗ ਨਾ ਮਿਸ ਕਰਿਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਰਹੋ ਅਤੇ ਕਮੈਂਟ ਕਰਕੇ ਦੱਸਿਓ ਮੋਟੋ ਵਲੋਗ ਪਹਿਲਾਂ ਸੀਗੇ ਵਧੀਆ ਵਾ ਜਾਂ ਨਹੀਂ, ਕਿੱਦਾਂ ਦਾ ਹੋਰ ਫਿਲਹਾਲ ਆਪਣੀ ਵਰਨਾ ਆ ਚੁੱਕੀ ਹੈ। ਹਾਂ ਮੋਟਰਸਾਈਕਲਾਂ ਦੇ ਨਾਲ ਨਾਲ ਆਪਣੀ ਵਰਨਾ ਵੀ ਪਹੁੰਚ ਗਈ, ਆਪਾਂ ਉਹਦੇ ਇੱਕ ਮੋਟਰ ਉਹ ਖੜਾ ਖੜਾ, ਫਿਰ ਸਾਨੂੰ ਆਪਣਾ ਅਹਿਸਾਸ ਹੋਇਆ ਯਾਰ ਆਪਣੀ ਵਰਨਾ ਘਰੇ ਰਹਿ ਗਈ, ਆਪਾਂ ਵਰਨਾ ਬੁਲਾ ਲਈ। ਬਸ ਫਰਕ ਇਹ ਪੈ ਗਿਆ ਆਪਣੀ ਵਰਨਾ ਦੇ ਸ਼ੀਸ਼ੇ ਹੈ ਨਾ, ਵਰਨਾ ਦੇ ਆਪਣੀ ਦੇ ਸ਼ੀਸ਼ੇ ਕਾਲੇ ਸੀ, ਇਹਦੇ ਸ਼ੀਸ਼ੇ ਕਾਲੇ ਨਹੀਂ ਹੈਗੇ। ਨਹੀਂ ਆਪਣੇ ਵਾਲੀ ਦਾ ਵੱਧ ਆਪਣਾ ਉਹ ਵਾਲਾ ਟੁੱਟਾ ਹੋਇਆ, ਨਹੀਂ ਆਪਣਾ ਇਹ ਸਹੀ ਆ, ਇਹ ਟੁੱਟਾ ਹੋਇਆ ਆਪਣਾ। ਹਾਂ ਆਪਣਾ ਟੁੱਟਿਆ ਹੋਇਆ, ਇਹ ਵੀ ਆਪਣਾ ਮਤਲਬ ਜਿਹਦਾ ਹੋਟਲ ਆ ਭਰਾ ਦਾ ਉਹਦੀ ਗੱਡੀ ਆ, ਹੁਣੇ ਥੋੜੇ ਦਿਨ ਪਹਿਲਾਂ ਹੀ ਲਈ ਆ। ਤੇ ਇਹ ਆਪਣਾ ਜਿਹਦੇ ਆਪਾਂ ਆਏ ਆ, ਉਹ ਵੀ ਆਪਣਾ ਜਿਨ੍ਹਾਂ ਦੇ ਨਾਲ ਆਪਾਂ ਆਏ ਆ, ਨਹੀਂ ਜਿਨ੍ਹਾਂ ਦੇ ਨਾਲ ਆਪਾਂ ਆਏ ਆ ਜਿਹੜੇ ਆਪਾਂ ਨੂੰ ਲੈ ਕੇ ਆਏ ਆ। ਸੋ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ, ਹਜੇ ਤਾਂ
ਇੱਦਾਂ ਰਾਤ ਨੂੰ ਬੈਠਾਂਗੇ ਮਤਲਬ ਕਿ ਉਸ ਤੋਂ ਬਾਅਦ ਜਿਵੇਂ ਕਿ ਹੁਣ 12 ਵਜੇ ਕ੍ਰਿਸਮਸ ਹੋਊਗੀ, 10-11 ਵਜੇ ਰੂਮ 'ਚੋਂ ਨਿਕਲਾਂਗੇ, ਮੌਲ ਰੋਡ 'ਤੇ ਵਧੀਆ ਖੱਪ ਖਾਨਾ ਪਾ ਕੇ ਆਵਾਂਗੇ, ਅਤੇ ਉਹ ਪਰ ਉਹ ਚੀਜ਼ਾਂ ਆਪਾਂ ਕਵਰ ਆਪਣੀ ਕਰ ਦਿਓ, ਪਰਸਨਲ ਕੁਆਲਿਟੀ ਟਾਈਮ ਆਪਣਾ, ਕੁਆਲਿਟੀ ਟਾਈਮ ਉਹ ਵਾਲਾ ਨਹੀਂ, ਕੁਆਲਿਟੀ ਟਾਈਮ ਮਤਲਬ ਆਪਣਾ ਇੰਜੋਇਮੈਂਟ ਟਾਈਮ, ਅਤੇ ਉਸ ਤੋਂ ਬਾਅਦ ਹੁਣ ਤੁਹਾਨੂੰ